ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇਸ ਪਲੈਟਫਾਰਮ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈਗਾ। ਪੋਲਿਟੀ ਦੇ ਵਿੱਚ ਆਪਾਂ ਅੱਜ ਇੱਕ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਟੌਪਿਕ ਡਿਸਕਸ ਕਰਨਾ ਜੀ। ਟੌਪਿਕ ਦਾ ਨਾਮ ਹੈ ਜੀ ਬਜਟ। ਅੱਜ ਆਪਾਂ ਬਜਟ ਬਾਰੇ ਡਿਸਕਸ ਕਰਨਾ ਹੈ ਤੇ ਬਜਟ ਦੇ ਨਾਲ ਜਿਹੜੀਆਂ ਸੰਬੰਧਿਤ ਇੰਪੋਰਟੈਂਟ ਟਰਮਸ ਨੇ ਉਹਨਾਂ ਬਾਰੇ ਵਿਚਾਰ ਵਟਾਂਦਰਾ ਕਰਨਾ। ਸੋ ਵੀਡੀਓ ਨੂੰ ਐਂਡ ਵੀਡੀਓ ਨਾਲ ਐਂਡ ਤੱਕ ਜੁੜੇ ਰਹੋ, ਬਹੁਤ ਹੀ ਕੁਝ ਤੁਹਾਨੂੰ ਅੱਜ ਦੇ ਇਸ ਲੈਕਚਰ ਵਿੱਚ ਸਿੱਖਣ ਨੂੰ ਮਿਲੂਗਾ। ਤੇ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਦਾ ਟੈਲੀਗ੍ਰਾਮ ਗਰੁੱਪਸ ਬਾਰੇ। ਇਹਨਾਂ ਦੋਵੇਂ ਗਰੁੱਪਸ ਦਾ ਲਿੰਕ ਤੁਹਾਨੂੰ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੂਗਾ। ਇਹਨਾਂ ਗਰੁੱਪਸ ਨੂੰ ਜ਼ਰੂਰ ਜੁਆਇਨ ਕਰੋ। ਕੋਈ ਵੀ ਇੰਪੋਰਟੈਂਟ ਜਾਣਕਾਰੀ ਹੈ ਜਿਹੜੀ ਮੈਂ ਅਪਲੋਡ ਕਰਨੀ ਹੁੰਦੀ ਹੈ ਉਹ ਮੈਂ ਪਹਿਲੇ ਗਰੁੱਪ ਦੇ ਵਿੱਚ ਪਾਉਣਾ ਹੁੰਦਾ, ਤੇ ਇੱਕ ਹੈਗਾ ਜੀ ਡਿਸਕਸ਼ਨ ਗਰੁੱਪ ਜਿੱਥੇ ਤੁਸੀਂ ਬਾਕੀ ਸਟੂਡੈਂਟਸ ਦੇ ਨਾਲ ਇੰਟਰੈਕਟ ਕਰਕੇ ਆਪਦੇ ਡਾਊਟਸ ਵਗੈਰਾ ਕਲੀਅਰ ਕਰ ਸਕਦੇ ਹੋ। ਤੇ ਇਸ ਡਿਸਕਸ਼ਨ ਗਰੁੱਪ ਦੇ ਵਿੱਚ ਰੋਜ਼ ਕਿਸੇ ਨਾ ਕਿਸੇ ਸਟੂਡੈਂਟ ਦੁਆਰਾ ਡੇਲੀ ਬੇਸਿਸ ਤੇ ਕੁਇਜ਼ ਵੀ ਕੰਡਕਟ ਕਰਵਾਇਆ ਜਾਂਦਾ ਹੈਗਾ ਡਿਫਰੈਂਟ ਅਲੱਗ ਅਲੱਗ ਟੌਪਿਕਸ ਦੇ ਵਿੱਚੋਂ। ਸੋ ਤੁਹਾਡੀ ਰਿਵੀਜ਼ਨ ਦੇ ਵਾਸਤੇ ਵੀ ਇਹ ਇੱਕ ਵਧੀਆ ਪਲੈਟਫਾਰਮ ਹੈਗਾ। ਤੇ ਤੁਹਾਡੀ ਕੋਈ ਵੀ ਕੁਐਰੀ ਹੈ ਉਹਦੇ ਵਾਸਤੇ ਤੁਸੀਂ ਮੈਨੂੰ ਇਸ ਨੰਬਰ ਤੇ ਟੈਲੀਗ੍ਰਾਮ ਦੇ ਉੱਪਰ ਕੰਟੈਕਟ ਕਰ ਸਕਦੇ ਹੋ। ਠੀਕ ਹੈ, ਮੈਨੂੰ ਵਟਸਐਪ ਤੇ ਨਾ ਮੈਸੇਜ ਕਰਿਆ ਕਰੋ, ਮੈਂ ਘੱਟ ਵੱਧ ਹੀ ਚਲਾਉਣਾ। ਟੈਲੀਗ੍ਰਾਮ ਤੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜਾਂ ਕਾਲ ਕਰ ਸਕਦੇ ਹੋਗੇ ਇਸ ਨੰਬਰ ਦੇ ਉੱਪਰ। ਸੋ ਸ਼ੁਰੂ ਕਰਦੇ ਹਾਂ ਆਪਾਂ ਆਪਣਾ ਅੱਜ ਦਾ ਜਿਹੜਾ ਚੈਪਟਰ ਹੈਗਾ, ਆਪਣਾ ਟੌਪਿਕ ਹੈਗਾ ਉਹ ਹੈ ਜੀ ਬਜਟ। ਕੀ ਹੁੰਦਾ ਬਜਟ? ਆਪਾਂ ਹਰ ਸਾਲ ਸੁਣਦੇ ਹਾਂ, ਆਪਾਂ ਅਕਸਰ ਆਪਣੀ ਡੇਲੀ ਲਾਈਫ ਦੇ ਵਿੱਚ ਵੀ ਸੁਣਦੇ ਹਾਂ। ਆਪਾਂ ਫਰਜ਼ ਕਰੋ ਆਪਾਂ ਕੋਈ ਗੱਡੀ ਖਰੀਦਣ ਜਾਣੀ ਹੈ, ਆਪਾਂ ਕਾਰ ਖਰੀਦਣੀ, ਆਪਾਂ ਮੋਟਰਸਾਈਕਲ ਖਰੀਦਣਾ, ਕੁਝ ਵੀ ਖਰੀਦਣਾ, ਆਪਾਂ ਮੂਹਰਲੇ ਬੰਦੇ ਨੂੰ ਕਹਿ ਦੇਣਾ ਵੀ ਭਾਈ ਸਾਡਾ ਤਾਂ ਇੰਨਾ ਕੁ ਬਜਟ ਹੈ। ਕਾਰ ਖਰੀਦਣੀ ਆਪਾਂ ਕਹਿ ਦਾਂਗੇ ਸਾਡਾ ਤਾਂ 3 ਕੁ ਲੱਖ ਦਾ ਬਜਟ ਹੈ, 3 ਕੁ ਲੱਖ ਰੁਪਏ ਹੀ ਅਸੀਂ ਕਿਸੇ ਕਾਰ ਦੇ ਉੱਪਰ ਲਾ ਸਕਦੇ ਹਾਂ, ਉਹਨੂੰ ਖਰੀਦ ਸਕਦੇ ਹਾਂਗੇ। ਇਹ ਬਜਟ ਹੁੰਦਾ ਕੀ ਹੈ? ਇਹਨੂੰ ਸਮਝਦੇ ਆਪਾਂ ਪਾਰਲੀਮੈਂਟ ਦੀ ਟਰਮ ਦੇ ਵਿੱਚ। ਤਾਂ ਦੇਖੋ ਪਹਿਲੀ ਗੱਲ, ਸਭ ਤੋਂ ਪਹਿਲੀ ਗੱਲ, ਇਹ ਜਿਹੜਾ ਬਜਟ ਸ਼ਬਦ ਆਪਾਂ ਬਜਟ ਦੇ ਤੌਰ ਤੇ ਸੁਣਦੇ ਹਾਂ, ਇਹਦਾ ਸੰਵਿਧਾਨ ਦੇ ਵਿੱਚ ਕਿਤੇ ਵੀ ਜ਼ਿਕਰ ਨਹੀਂ ਕੀਤਾ ਹੈ। ਸੰਵਿਧਾਨ ਦੇ ਵਿੱਚ ਜਿਹੜਾ ਇਹ ਸ਼ਬਦ ਬਜਟ ਹੈ, ਇਹਨੂੰ ਸੰਵਿਧਾਨ ਦੇ ਵਿੱਚ ਬਜਟ ਦੇ ਰੂਪ ਦੇ ਵਿੱਚ ਨਹੀਂ ਲਿਖਿਆ ਹੈ। ਬਜਟ ਨੂੰ ਕਨਸਟੀਟਿਊਸ਼ਨ ਦੇ ਵਿੱਚ ਐਜ਼ ਏ ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ ਇਸ ਸ਼ਬਦ ਦੇ ਵੱਲੋਂ ਇਸ ਸ਼ਬਦ ਦੇ ਰੂਪ ਦੇ ਵਿੱਚ ਲਿਖਿਆ ਹੋਇਆ, ਯਾਨੀ ਕਿ ਬਜਟ ਨੂੰ ਸਿੱਧਾ ਕਨਸਟੀਟਿਊਸ਼ਨ ਦੇ ਵਿੱਚ ਇਹ ਨਾਮ ਨਹੀਂ ਵਰਤਿਆ ਗਿਆ। ਬਜਟ ਇਹਨੂੰ ਕਹਿੰਦੇ ਨੇ ਜੀ ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ। ਸੋ ਧਿਆਨ ਰੱਖਿਓ, ਬਜਟ ਸ਼ਬਦ ਕਨਸਟੀਟਿਊਸ਼ਨ ਦੇ ਵਿੱਚ ਨਹੀਂ ਲਿਖਿਆ ਹੈ, ਕਨਸਟੀਟਿਊਸ਼ਨ ਦੇ ਵਿੱਚ ਬਜਟ ਦੀ ਜਗ੍ਹਾ ਲਿਖਿਆ ਹੋਇਆ ਜੀ ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ। ਤੇ ਇਸ ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ ਦਾ ਜਿਹੜਾ ਜ਼ਿਕਰ ਹੈਗਾ ਉਹ ਸੰਵਿਧਾਨ ਦਾ ਜਿਹੜਾ ਆਪਣਾ ਆਰਟੀਕਲ 112 ਹੈ ਉਹਦੇ ਵਿੱਚ ਕੀਤਾ ਹੋਇਆ। ਸੋ ਇਟ ਇਜ਼ ਅ ਸਟੇਟਮੈਂਟ ਆਫ ਐਸਟੀਮੇਟਿਡ ਰਿਸੀਵਡ ਐਂਡ ਐਕਸਪੈਂਡੀਚਰ ਆਫ ਦਾ ਗਵਰਨਮੈਂਟ ਫੋਰ ਦੈਟ ਪਰਟੀਕੁਲਰ ਈਅਰ। ਇਹਨੂੰ ਸਮਝਦੇ ਹਾਂ ਤਾਂ ਦੇਖੋ ਸਰਕਾਰ ਦੀ ਗੱਲ ਕਰਦੇ ਹਾਂ। ਬਜਟ ਦੇ ਦੋ ਹਿੱਸੇ ਹੁੰਦੇ ਨੇ, ਇੱਕ ਹੁੰਦਾ ਜੀ ਇਨਕਮ ਪਾਰਟ ਜਿਹੜਾ ਸਰਕਾਰ ਨੂੰ ਆਮਦਨ ਆਉਂਦੀ ਹੈ ਉਹਨੂੰ ਰਿਸੀਪਟ ਕਹਿ ਦਿੰਦੇ ਨੇ, ਤੇ ਇੱਕ ਹੁੰਦਾ ਜੀ ਐਕਸਪੈਂਡੀਚਰ ਪਾਰਟ ਜਿਹਨੂੰ ਖਰਚੇ ਕਹਿ ਦਿੰਦੇ ਨੇ। ਇਹਨਾਂ ਦਾ ਜਿਹੜਾ ਵਿਚਾਲਣ ਵਾਲਾ ਮੇਲ ਜੋਲ ਹੁੰਦਾ ਹੈਗਾ ਵੀ ਸਰਕਾਰ ਇੱਕ ਪਰਟੀਕੁਲਰ ਟਾਈਮ ਪੀਰੀਅਡ ਵਾਸਤੇ ਸਰਕਾਰ ਕੋਲ ਕਿੰਨਾ ਕੁ ਐਸਟੀਮੇਟ ਹੈ ਉਹਦੀ ਇਨਕਮ ਤੇ ਉਹਦੇ ਐਕਸਪੈਂਡੀਚਰ ਪਾਰਟ ਦਾ, ਉਹਨੂੰ ਬਜਟ ਕਹਿ ਦਿੰਦੇ ਨੇ। ਤੇ ਅਕਸਰ ਆਪਾਂ ਸੁਣਦੇ ਹਾਂ ਐਕਸਪੈਂਡੀਚਰ ਜਿਹੜਾ ਖਰਚਾ ਹੁੰਦਾ ਸਰਕਾਰ ਇਹ ਹਰੇਕ ਵਾਰ ਵਧਾ ਕੇ ਸ਼ੋਅ ਕਰ ਦਿੰਦੀ ਹੈ ਆਪਦੀ ਇਨਕਮ ਤੋਂ, ਤੇ ਇਹ ਜਦੋਂ ਖਰਚਾ ਇਨਕਮ ਤੋਂ ਜ਼ਿਆਦਾ ਵੱਧ ਜਾਂਦਾ ਉਦੋਂ ਫਿਰ ਸਰਕਾਰ ਕਹਿ ਦਿੰਦੇ ਵੀ ਅਸੀਂ ਇਸ ਸਾਲ ਘਾਟੇ 'ਚ ਚਲੇ ਗਏ, ਸਾਨੂੰ ਫਿਸਕਲ ਡੈਫੀਸਿਟ ਥੋੜ੍ਹਾ ਜਿਹਾ ਵੱਧ ਗਿਆ। ਠੀਕ ਹੈ, ਸੋ ਉਸ ਚੀਜ਼ ਨੂੰ ਡੈਫੀਸਿਟ ਕਹਿ ਦਿੰਦੇ ਨੇ। ਸੋ ਇਹੀ ਟਰਮ ਜਿਹੜੀ ਲਿਖੀ ਹੋਈ ਹੈ ਮੈਂ ਤੁਹਾਨੂੰ ਸਮਝਾਈ ਹੈ। ਵਟ ਇਜ਼ ਬਜਟ? ਇਟ ਇਜ਼ ਐਨ ਐਸਟੀਮੇਟ ਆਫ ਇਨਕਮ ਐਂਡ ਐਕਸਪੈਂਡੀਚਰ ਫੋਰ ਏ ਸੈੱਟ ਪੀਰੀਅਡ ਆਫ ਟਾਈਮ, ਯਾਨੀ ਕਿ ਇੱਕ ਸਾਲ ਦਾ ਜਿਹੜਾ ਸਰਕਾਰ ਦਾ ਐਸਟੀਮੇਟ ਹੁੰਦਾ ਉਹਦੀ ਇਨਕਮ ਤੇ ਉਹਦੇ ਐਕਸਪੈਂਡੀਚਰ ਦਾ, ਉਹਨੂੰ ਬਜਟ ਕਹਿੰਦੇ ਨੇ। ਤੇ ਹਰ ਸਾਲ ਇਹਨੂੰ ਪਾਰਲੀਮੈਂਟ ਦਾ ਜਿਹੜਾ ਲੋਅਰ ਹਾਊਸ ਹੁੰਦਾ, ਲੋਕ ਸਭਾ ਹੁੰਦਾ, ਲੋਕ ਸਭਾ ਦਾ ਹਾਊਸ ਹੈ, ਉਹਦੇ ਵਿੱਚ ਪ੍ਰੈਜੈਂਟ ਕੀਤਾ ਜਾਂਦਾ ਕਿਹਦੇ ਦੁਆਰਾ, ਜਿਹੜਾ ਕੇਂਦਰ ਦਾ ਆਪਣਾ ਫਾਈਨੈਂਸ ਮਿਨਿਸਟਰ ਹੁੰਦਾ, ਯੂਨੀਅਨ ਫਾਈਨੈਂਸ ਮਿਨਿਸਟਰ ਇਸ ਵੇਲੇ ਕੌਣ ਨੇ, ਨਿਰਮਲਾ ਸੀਤਾਰਮਨ ਜੀ, ਉਹ ਪ੍ਰੈਜੈਂਟ ਕਰਦੇ ਨੇ ਹਰ ਸਾਲ ਬਜਟ ਨੂੰ ਲੋਕ ਸਭਾ ਦੇ ਮੂਹਰੇ। ਕਿਉਂ? ਕਿਉਂਕਿ ਬਜਟ ਇੱਕ ਮਨੀ ਬਿੱਲ ਹੈ, ਤੇ ਮਨੀ ਬਿੱਲ ਬਾਰੇ ਆਪਾਂ ਕੱਲ ਪੜਿਆ ਸੀਗਾ ਵੀ ਮਨੀ ਬਿੱਲ ਹਮੇਸ਼ਾ ਇੰਟਰੋਡਿਊਸ ਕੀਤਾ ਜਾਊਗਾ ਲੋਅਰ ਹਾਊਸ ਆਫ ਪਾਰਲੀਮੈਂਟ ਦੇ ਵਿੱਚ, ਯਾਨੀ ਕਿ ਲੋਕ ਸਭਾ ਵਿੱਚ, ਤੇ ਉਹ ਵੀ ਰਾਸ਼ਟਰਪਤੀ ਦੀ ਪਰਮਿਸ਼ਨ ਤੋਂ ਬਾਅਦ। ਠੀਕ ਹੈ, ਸਭ ਤੋਂ ਪਹਿਲਾਂ ਮਨੀ ਬਿੱਲ ਯਾਨੀ ਕਿ ਬਜਟ ਇੱਕ ਮਨੀ ਬਿੱਲ ਹੈਗਾ। ਸੋ ਬਜਟ ਨੂੰ ਸਭ ਤੋਂ ਪਹਿਲਾਂ ਰਾਸ਼ਟਰਪਤੀ ਮਨਜ਼ੂਰੀ ਦੇਊਗਾ, ਫਿਰ ਉਹ ਬਜਟ ਹੈਗਾ ਜਿਹੜਾ ਉਹ ਲੋਅਰ ਹਾਊਸ ਦੇ ਵਿੱਚ ਇੰਟਰੋਡਿਊਸ ਕੀਤਾ ਹੋਊਗਾ ਯੂਨੀਅਨ ਫਾਈਨੈਂਸ ਮਿਨਿਸਟਰ ਦੁਆਰਾ। ਕੁਝ ਕੁ ਹੋਰ ਗੱਲਾਂ ਪੜ੍ਹਦੇ ਆਪਾਂ ਇਸ ਬਜਟ ਦੇ ਸੰਬੰਧ ਦੇ ਵਿੱਚ, ਤਾਂ ਜਿਹੜਾ ਬਜਟ ਹੈਗਾ ਉਹ ਆਪਾਂ ਡਿਸਕਸ ਤਾਂ ਇਹਨੂੰ ਬਜਟ ਦੇ ਤੌਰ ਤੇ ਕਰਾਂਗੇ, ਬਟ ਸੰਵਿਧਾਨ ਦੇ ਵਿੱਚ ਸ਼ਬਦ ਨਹੀਂ ਲਿਖਿਆ ਹੋਇਆ। ਸੰਵਿਧਾਨ ਦੇ ਵਿੱਚ ਇਹਨੂੰ ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ ਕਿਹਾ ਜਾਂਦਾ ਹੈ। ਸੋ ਜਿਹੜਾ ਬਜਟ ਹੈ ਇਹਨੂੰ ਪ੍ਰਿਪੇਅਰ ਕੌਣ ਕਰਦਾ? ਇਹ ਕੁਐਸਚਨ ਸਿੱਧਾ ਵੀ ਪੁੱਛਿਆ ਜਾਂਦਾ ਪੇਪਰ ਵਿੱਚ। ਸੋ ਬਜਟ ਨੂੰ ਪ੍ਰਿਪੇਅਰ ਕਰਿਆ ਜਾਂਦਾ ਜੀ ਜਿਹੜਾ ਆਪਣੀ ਮਿਨਿਸਟਰੀ ਆਫ ਫਾਈਨੈਂਸ ਹੈ, ਫਾਈਨਾਂਸ ਮੰਤਰਾਲੇ ਹੈਗਾ, ਉਹਦੇ ਅੰਡਰ ਇੱਕ ਡਿਪਾਰਟਮੈਂਟ ਆਉਂਦਾ, ਮਹਿਕਮਾ ਆਉਂਦਾ, ਉਹਨੂੰ ਕਹਿੰਦੇ ਨੇ ਡਿਪਾਰਟਮੈਂਟ ਆਫ ਇਕਨੋਮਿਕ ਅਫੇਅਰ। ਉਹ ਡਿਪਾਰਟਮੈਂਟ ਆਫ ਇਕਨੋਮਿਕ ਅਫੇਅਰ ਦੁਆਰਾ ਜਿਹੜਾ ਇਹ ਯੂਨੀਅਨ ਬਜਟ ਹੈ ਇਹ ਹਰ ਸਾਲ ਪ੍ਰਿਪੇਅਰ ਕੀਤਾ ਜਾਂਦਾ। ਹੁਣ ਫਾਈਨਾਂਸ ਮਿਨਿਸਟਰੀ ਬਹੁਤ ਵੱਡੀ ਹੈ,
ਇਹਦੇ ਵਿੱਚ ਕਈ ਤਰ੍ਹਾਂ ਦੇ ਡਿਪਾਰਟਮੈਂਟ ਨੇ, ਜਿਵੇਂ ਕਿ ਡਿਪਾਰਟਮੈਂਟ ਆਫ ਐਕਸਪੈਂਡੀਚਰ, ਡਿਪਾਰਟਮੈਂਟ ਆਫ ਰੈਵਨਿਊ, ਡਿਪਾਰਟਮੈਂਟ ਆਫ ਇਕਨੋਮਿਕ ਅਫੇਅਰ, ਹੋਰ ਵੀ ਇੱਕ ਦੋ ਡਿਪਾਰਟਮੈਂਟ ਹੈਗੇ ਨੇ। ਇਹ ਸਾਰੇ ਡਿਪਾਰਟਮੈਂਟ ਫਾਈਨੈਂਸ ਮਿਨਿਸਟਰੀ ਦੇ ਅੰਡਰ ਰਹਿ ਕੇ ਕੰਮ ਕਰਦੇ ਨੇ, ਤੇ ਇਹਨਾਂ ਦੇ ਵਿੱਚੋਂ ਵੀ ਜਿਹੜਾ ਡਿਪਾਰਟਮੈਂਟ ਆਫ ਇਕਨੋਮਿਕ ਅਫੇਅਰ ਹੈਗੇ, ਇਹਦੀ ਡਿਵੀਜ਼ਨ ਹੀ ਅੱਗੇ ਬਜਟ ਨੂੰ ਪ੍ਰਿਪੇਅਰ ਕਰਦੀ ਹੈ। ਇਹ ਸਿੱਧਾ ਕੁਐਸਚਨ ਪੀਸੀਐਸ ਦੇ ਸਵਾਲ ਦੇ ਵਿੱਚ ਆਇਆ ਹੈਗਾ ਵੀ ਬਜਟ ਨੂੰ ਕੌਣ ਪ੍ਰਿਪੇਅਰ ਕਰਦਾ, ਸੋ ਡਿਪਾਰਟਮੈਂਟ ਆਫ ਇਕਨੋਮਿਕ ਅਫੇਅਰ ਪ੍ਰਿਪੇਅਰ ਕਰਦਾ ਹੈਗਾ। ਤੇ ਚਾਰ ਸਟੇਜਿਸ ਦੇ ਵਿੱਚ ਬਜਟ ਪਾਸ ਹੁੰਦਾ, ਸਭ ਤੋਂ ਪਹਿਲਾਂ ਬਜਟ ਦੀ ਫਾਰਮੂਲੇਸ਼ਨ, ਫਿਰ ਉਹਦੀ ਇਨੈਕਟਮੈਂਟ ਤੇ ਉਹਦੀ ਅਪਰੂਵਲ ਲੈਜਿਸਲੇਚਰ ਦੁਆਰਾ, ਫਿਰ ਬਜਟ ਨੂੰ ਐਗਜ਼ੀਕਿਊਟ ਕਰਵਾਇਆ ਜਾਂਦਾ ਤੇ ਫਿਰ ਉਹਦੀ ਇੰਪਲੀਮੈਂਟੇਸ਼ਨ ਦੀ ਆਡਿਟ ਕੀਤੀ ਜਾਂਦੀ। ਇਹ ਚਾਰ ਸਟੇਜ ਦੇ ਵਿੱਚ ਬਜਟ ਪਾਸ ਹੁੰਦਾ। ਆਪਾਂ ਅੱਗੇ ਥੋੜਾ ਜਿਹਾ ਹੋਰ ਵਿਸਥਾਰ ਦੇ ਵਿੱਚ ਇਸ ਚੀਜ਼ ਨੂੰ ਡਿਸਕਸ ਕਰਾਂਗੇ। ਅੱਛਾ, ਜਿਹੜਾ ਇਹ ਬਜਟ ਬਣਾਉਣ ਦਾ ਪ੍ਰੋਸੈਸ ਹੁੰਦਾ ਨਾ, ਇਹ ਪਿਛਲੇ ਸਾਲ ਦੇ ਅਗਸਤ ਮਹੀਨੇ ਤੋਂ ਹੀ ਸ਼ੁਰੂ ਹੁੰਦਾ। ਯਾਨੀ ਕਿ ਹੁਣ ਫਰਜ਼ ਕਰੋ ਇਸ ਵੇਲੇ ਆਪਾਂ ਨੂੰ ਪਤਾ 2020 ਦਾ ਸਾਲ ਚੱਲ ਰਿਹਾ, ਹੁਣ ਅਗਲੇ ਸਾਲ 2021 ਚ ਜਿਹੜਾ ਫਰਵਰੀ ਮਹੀਨੇ ਦੇ ਪਹਿਲੀ ਤਰੀਕ ਨੂੰ ਜਿਹੜਾ ਬਜਟ ਪੇਸ਼ ਕੀਤਾ ਜਾਊਗਾ ਯੂਨੀਅਨ ਫਾਈਨੈਂਸ ਮਿਨਿਸਟਰ ਦੁਆਰਾ, ਉਹ ਬਜਟ ਤਾਂ ਅਗਲੇ ਸਾਲ ਪੇਸ਼ ਕੀਤਾ ਹੋਊਗਾ, ਬਟ ਉਹ ਬਜਟ ਦੀ ਜਿਹੜੀ ਮੇਕਿੰਗ ਦਾ ਪ੍ਰੋਸੈਸ ਆ ਉਹ ਇਸੇ ਸਾਲ ਦੇ ਅਗਸਤ ਸਤੰਬਰ ਮਹੀਨੇ ਦੇ ਦੌਰਾਨ ਹੀ ਸ਼ੁਰੂ ਹੋ ਜਾਊਗਾ। ਕਿਉਂ? ਕਿਉਂਕਿ ਸਾਰੇ ਜਿਹੜੇ ਮਹਿਕਮੇ ਨੇ ਸਰਕਾਰ ਦੇ, ਉਹਨਾਂ ਦਾ ਜਿਹੜਾ ਇਹਨਾਂ ਨੇ ਰਿਕਾਰਡ ਦੇਖਣਾ ਹੁੰਦਾ, ਉਹਨਾਂ ਨੂੰ ਜਿਹੜਾ ਪੈਸਾ ਪਿਛਲੇ ਸਾਲ ਦਿੱਤਾ ਹੁੰਦਾ ਹੈਗਾ ਉਹ ਚੈੱਕ ਕਰਨਾ ਹੁੰਦਾ ਤੇ ਉਹਨਾਂ ਤੋਂ ਪੁੱਛਿਆ ਜਾਂਦਾ ਵੀ ਕਿੰਨਾ ਕੁ ਪੈਸਾ ਹੁਣ ਤੁਹਾਨੂੰ ਚਾਹੀਦਾ। ਇਹ ਸਾਰਾ ਕੁਝ ਫਿਰ ਉਹਨਾਂ ਦਾ ਰਿਕਾਰਡ ਵਗੈਰਾ ਹੋਰ ਸਾਰਾ ਲੈਟਰ ਫਾਟਰ ਨੂੰ ਚੈੱਕ ਕਰਕੇ ਪੇਸ਼ ਕੀਤਾ। ਸੋ ਤਾਂ ਕਰਕੇ ਇੰਨਾ ਟਾਈਮ ਲੱਗ ਜਾਂਦਾ ਬਜਟ ਨੂੰ ਪ੍ਰਿਪੇਅਰ ਹੋਣ ਦੇ ਵਿੱਚ, ਤੇ ਬਜਟ ਹੈਗਾ ਜਿਹੜਾ ਉਹ ਆਪਦੀ ਫਾਈਨਲ ਸ਼ੇਪ ਲੈਂਦਾ ਜੀ ਜਨਵਰੀ ਮਹੀਨੇ ਦੇ ਵਿੱਚ ਆ ਕੇ, ਤੇ ਉਦੋਂ ਜਿਹੜਾ ਰੈਵਨਿਊ ਮੰਤਰੀ ਹੁੰਦਾ ਹੈਗਾ ਉਹ ਐਸਟੀਮੇਟ ਪ੍ਰੋਵਾਈਡ ਕਰਦਾ ਹੈਗਾ ਸਰਕਾਰ ਨੂੰ, ਜਿਹੜੀ ਆਮਦਨ ਹੁੰਦੀ ਹੈ ਰਿਸੀਵਟ ਹੁੰਦੇ ਨੇ ਕਰੰਟ ਫਿਸਕਲ ਈਅਰ ਦੀ, ਤੇ ਅਗਲੇ ਸਾਲ ਦੇ ਜਿਹੜੇ ਐਸਟੀਮੇਟ ਉਹਨਾਂ ਨੇ ਲਾਉਣੇ ਹੁੰਦੇ ਨੇ ਉਹਦੇ ਬਾਰੇ ਦੱਸਦਾ ਹੈਗਾ। ਸੋ ਫਿਰ ਜਿਹੜੇ ਇਹ ਐਸਟੀਮੇਟ ਹੁੰਦੇ ਨੇ ਮਿਨਿਸਟਰੀਆਂ ਦੁਆਰਾ, ਯਾਨੀ ਕਿ ਜਿਹੜੇ ਮੰਤਰਾਲੇ ਹੁੰਦੇ ਨੇ ਸੈਂਟਰ ਸਰਕਾਰ ਦੇ, ਫਲਾਣੀ ਮਿਨਿਸਟਰੀ, ਮਿਨਿਸਟਰੀ ਆਫ ਐਗਰੀਕਲਚਰ ਹੋ ਗਈ, ਮਿਨਿਸਟਰੀ ਆਫ ਫਾਈਨਾਂਸ, ਮਿਨਿਸਟਰੀ ਆਫ ਕਮਰਸ, ਇਹ ਸਾਰੀਆਂ ਮਿਨਿਸਟਰੀ ਨੇ, ਇਹਨਾਂ ਸਾਰਿਆਂ ਦੇ ਐਸਟੀਮੇਟ ਵੀ ਕਲੈਕਟ ਕਰੇ ਜਾਂਦੇ ਨੇ ਤਾਂ ਕਿ ਇੱਕ ਆਈਡੀਆ ਜਿਹਾ ਲੈ ਸਕੇ, ਲਿਆ ਜਾ ਸਕੇ ਵੀ ਪਿਛਲੇ ਸਾਲ ਕਿੰਨੇ ਕੁ ਐਸਟੀਮੇਟ ਸੀਗੇ ਤੇ ਅਗਲੇ ਸਾਲ ਕਿੰਨੇ ਕੁ ਪੈਸਾ ਰੀਐਲੋਕੇਟ ਕੀਤਾ ਜਾ ਸਕਦਾ ਉਹਨਾਂ ਮਿਨਿਸਟਰੀਆਂ ਨੂੰ, ਠੀਕ ਹੈ, ਤਾਂ ਕਿ ਉਹਨਾਂ ਮਿਨਿਸਟਰੀਆਂ ਦੁਆਰਾ ਜਿਹੜੀਆਂ ਵੇਰੀਅਸ ਸਕੀਮ ਚੱਲ ਰਹੀਆਂ ਨੇ ਉਹਨਾਂ ਦੇ ਵਿੱਚ ਪੈਸਾ ਉਹਨਾਂ ਨੂੰ ਦਿੱਤਾ ਜਾ ਸਕੇ। ਫਿਰ ਕੀ ਹੁੰਦਾ, ਫਾਈਨਾਂਸ ਮਿਨਿਸਟਰ ਹੈਗਾ ਜਿਹੜਾ ਯੂਨੀਅਨ ਫਾਈਨਾਂਸ ਮਿਨਿਸਟਰ, ਜਦੋਂ ਬਜਟ ਪ੍ਰਿਪੇਅਰ ਹੋ ਜਾਂਦਾ ਉਸ ਬਜਟ ਨੂੰ ਪ੍ਰਧਾਨ ਮੰਤਰੀ ਕੋਲ ਲੈ ਕੇ ਜਾਂਦਾ, ਉਹਦੇ ਨਾਲ ਕੰਸਲਟੇਸ਼ਨ ਕਰਦਾ ਤੇ ਫਿਰ ਜਿਹੜੀ ਕੈਬਨਿਟ ਹੁੰਦੀ ਹੈ ਉਹਨੂੰ ਵੀ ਬਰੀਫ ਦੇ ਵਿੱਚ ਦੱਸਿਆ ਜਾਂਦਾ ਹੈਗਾ ਇਹਦੇ ਬਾਰੇ। ਤੇ ਬਜਟ ਤੋਂ ਜਿਹੜਾ ਕੰਸੋਲੀਡੇਟ ਕੀਤਾ ਜਾਂਦਾ, ਕੰਪਿਊਟਰਾਈਜ਼ਡ ਕੰਸੋਲੀਡੇਸ਼ਨ ਇਹਦੀ ਕੀਤੀ ਜਾਂਦੀ ਹੈ, ਉਹਦੇ ਵਿੱਚ ਸਰਕਾਰ ਦੀ ਹੈਲਪ ਕਰਦਾ ਨੈਸ਼ਨਲ ਇਨਫੋਰਮੇਸ਼ਨ ਸੈਂਟਰ NIC। ਇਹ ਬੇਸਿਕਲੀ ਜਿਹੜੇ ਰਿਕਾਰਡ ਵਗੈਰਾ ਨੂੰ ਡਿਜੀਟਲਾਈਜ਼ ਕਰਨ ਦੇ ਲਈ ਇਹ ਬਾਡੀ ਬਣੀ ਹੋਈ ਹੈ। ਇਹ ਸਾਰਾ ਜਿਹੜਾ ਬਜਟ ਦਾ ਕੰਪਿਊਟਰਾਈਜ਼ ਕੰਸੋਲੀਡੇਸ਼ਨ ਹੈ ਉਹਦਾ ਕੰਮ ਦੇ ਸੰਬੰਧ ਲਈ ਇਹ ਅਸਿਸਟ ਕਰਦਾ ਸਰਕਾਰ ਨੂੰ। ਤੇ ਫਿਰ ਫਾਈਨਲੀ ਜਿਹੜਾ ਯੂਨੀਅਨ ਦਾ ਫਾਈਨਾਂਸ ਮਿਨਿਸਟਰ ਹੈਗਾ, ਕੇਂਦਰੀ ਫਾਈਨਾਂਸ ਮਿਨਿਸਟਰ, ਉਹ ਕੀ ਕਰਦਾ, ਉਹ ਰਾਸ਼ਟਰਪਤੀ ਜੀ ਕੋਲ ਜਾਂਦਾ ਬਜਟ ਨੂੰ ਲੈ ਕੇ, ਉਹਨਾਂ ਦੀ ਪਰਮਿਸ਼ਨ ਲੈਂਦਾ ਵੀ ਬਜਟ ਨੂੰ ਅਸੀਂ ਹੁਣ ਇੰਟਰੋਡਿਊਸ ਕਰਨ ਲੱਗਿਆ ਪਾਰਲੀਮੈਂਟ ਦੇ ਵਿੱਚ, ਤੇ ਰਾਸ਼ਟਰਪਤੀ ਜਦੋਂ ਪਰਮਿਸ਼ਨ ਦੇ ਰਹਿੰਦਾ ਤਾਂ ਉਦੋਂ ਬਜਟ ਪਾਰਲੀਮੈਂਟ ਦੇ ਵਿੱਚ ਇੰਟਰੋਡਿਊਸ ਹੋ ਜਾਂਦਾ। ਤੇ ਪਾਰਲੀਮੈਂਟ ਦੇ ਵੀ ਕਿਹੜੇ ਹਾਊਸ ਦੇ ਵਿੱਚ, ਲੋਕ ਸਭਾ ਦੇ ਵਿੱਚ, ਕਿਉਂਕਿ ਬਜਟ ਇੱਕ ਮਨੀ ਬਿੱਲ ਹੈ ਤੇ ਮਨੀ ਬਿੱਲ ਨੂੰ ਲੋਕ ਇੰਟਰੋਡਿਊਸ ਕਿੱਥੇ ਕੀਤਾ ਜਾਂਦਾ, ਲੋਕ ਸਭਾ ਦੇ ਵਿੱਚ, ਉਹ ਵੀ ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਾਅਦ। ਇਹ ਗੱਲਾਂ ਮੈਂ ਤੁਹਾਨੂੰ ਕੱਲ ਪੜ੍ਹਾ ਚੁੱਕਿਆ। ਅੱਛਾ, ਹੁਣ ਬਜਟ ਲੋਕ ਸਭਾ ਦੇ ਵਿੱਚ ਸਭ ਤੋਂ ਪਹਿਲਾਂ ਫਾਈਨਾਂਸ ਮਿਨਿਸਟਰ ਕੀ ਕਰਦੇ ਨੇ, ਉਹ ਬਜਟ ਦੇ ਉੱਪਰ ਸਪੀਚ ਦਿੰਦੇ ਨੇ 2-2.5 ਘੰਟਿਆਂ ਦੀ, ਠੀਕ ਹੈ, ਬਹੁਤ ਦੁਨੀਆ ਜਹਾਨ ਦੀ ਜਾਬੀਆਂ ਮਾਰਦੇ ਨੇ। ਫਿਰ ਇਹ ਬਜਟ ਕੀ ਕੀਤਾ ਜਾਂਦਾ, ਇਹ ਰਾਜ ਸਭਾ ਦੇ ਵਿੱਚ ਟੇਬਲ ਕੀਤਾ ਜਾਂਦਾ ਹੈ ਤੇ ਫਿਰ ਇੱਕ ਬ੍ਰੌਡ ਡਿਸਕਸ਼ਨ ਹੁੰਦੀ ਹੈ ਜੀ ਇਸ ਸਟੇਜ ਦੇ ਉੱਪਰ ਬਿਨਾਂ ਕਿਸੇ ਵੋਟਿੰਗ ਤੋਂ, ਤੇ ਫਿਰ ਹਾਊਸ ਨੂੰ ਐਡਜਰਨ ਕਰ ਦਿੱਤਾ ਜਾਂਦਾ। ਫਿਰ ਕੀ ਹੁੰਦਾ, ਜਿਹੜੇ ਮਿਨਿਸਟਰੀਆਂ ਦੇ ਮਿਨਿਸਟਰੀਆਂ ਕੇਂਦਰ ਦੀਆਂ, ਜਿਹੜੇ ਸੈਂਟਰ ਦੀਆਂ ਮਿਨਿਸਟਰੀ ਹੁੰਦੇ ਨੇ ਉਹਨਾਂ ਦੇ ਐਸਟੀਮੇਟ ਤੇ ਉਹਨਾਂ ਦੀ ਜਿਹੜੀਆਂ ਡਿਮਾਂਡ ਫੋਰ ਗ੍ਰਾਂਟ ਉਹਨਾਂ ਨੇ ਕੀਤੀ ਹੁੰਦੀ ਹੈ ਪੈਸੇ ਨੂੰ ਲੈ ਕੇ, ਉਹ ਸਾਰਾ ਕੁਝ ਜਿਹੜਾ ਐਸਟੀਮੇਟ ਹੁੰਦਾ ਉਹ ਜਿਹੜੀਆਂ ਸਟੈਂਡਿੰਗ ਕਮੇਟੀਆਂ ਹੁੰਦੀਆਂ ਨੇ ਪਾਰਲੀਮੈਂਟ ਦੇ ਵਿੱਚ ਉਹਨਾਂ ਨੂੰ ਸੌਂਪ ਦਿੱਤਾ ਜਾਂਦਾ। 24 ਇਹੋ ਜਿਹੀਆਂ ਕਮੇਟੀਆਂ ਹੁੰਦੀਆਂ ਨੇ, ਉਹਨਾਂ ਨੂੰ ਰਿਪੋਰਟ ਸਬਮਿਟ ਕੀਤੀਆਂ ਜਾਂਦੀਆਂ ਤੇ ਉਹ ਚੰਗੀ ਤਰ੍ਹਾਂ ਸਕਰੂਟਨੀ ਕਰਦੀਆਂ ਨੇ ਵੀ ਕਿੰਨੇ ਕੁ ਪੈਸਾ ਜਾਇਜ਼ ਹੈ, ਠੀਕ ਹੈ, ਵੀ ਕਿੰਨਾ ਕੁ ਪੈਸਾ ਉਹਨਾਂ ਨੇ ਮੰਗਿਆ ਉਹਨਾਂ ਦੇ ਪੁਰਾਣੇ ਐਸਟੀਮੇਟ ਦੇ ਹਿਸਾਬ ਨਾਲ, ਕਿੰਨਾ ਕੁ ਉਹਨਾਂ ਨੂੰ ਦੇਣਾ। ਇੱਥੇ ਫਿਰ ਇਹ ਕਮੇਟੀਆਂ ਕੰਮ ਕਰਦੀਆਂ ਨੇ, ਫਿਰ ਇਹ ਕਮੇਟੀਆਂ ਆਪਦੀ ਰਿਪੋਰਟ ਵਾਪਿਸ ਜਿਹੜਾ ਹਾਊਸ ਹੈਗਾ ਉਹਦੇ ਮੂਹਰੇ ਟੇਬਲ ਕਰ ਦਿੰਦੇ ਨੇ। ਇਹ ਸਾਰਾ ਪ੍ਰੋਸੈਸ ਉਵੇਂ ਹੁੰਦਾ ਜਿਵੇਂ ਆਪਾਂ ਕੱਲ ਕਿਸੇ ਬਿੱਲ ਦੇ ਪ੍ਰੋਸੀਜਰ ਨੂੰ ਲੈ ਕੇ ਪੜਿਆ ਸੀਗਾ। ਉਸ ਤੋਂ ਬਾਅਦ ਕੀ ਹੁੰਦਾ, ਫਿਰ ਜਦੋਂ ਦੁਬਾਰਾ ਹਾਊਸ ਦੇ ਵਿੱਚੋਂ ਬਜਟ ਆ ਜਾਂਦਾ ਫਿਰ ਕੀ ਹੁੰਦਾ, ਜਿਹੜੇ ਬਾਕੀ ਦੇ MPs ਨੇ, ਮੈਂਬਰ ਆਫ ਪਾਰਲੀਮੈਂਟ ਨੇਗੇ, ਉਹ ਫਿਰ ਬਜਟ ਦੇ ਉੱਪਰ ਆਪਦੇ ਰਿਮਾਰਕਸ ਦਿੰਦੇ ਨੇ, ਠੀਕ ਹੈ, ਤੇ ਉਹਨਾਂ ਨੂੰ ਜੇ ਫਰਜ਼ ਕਰੋ ਕੋਈ ਵੀ ਡਿਮਾਂਡ ਆਫ ਗ੍ਰਾਂਟ ਆਏਗੀ, ਠੀਕ ਹੈ, ਵੀ ਕਿਸੇ ਸਕੀਮ ਦੇ ਉੱਪਰ ਇੰਨਾ ਪੈਸਾ ਲਾਉਣਾ ਹੈ, ਠੀਕ ਹੈ, ਉਹ ਬਜਟ ਦੇ ਉੱਪਰ ਉਸ ਮਹਿਕਮੇ ਨੇ ਮੰਗ ਕੀਤੀ ਹੈ ਤੇ ਬਜਟ ਦੇ ਵਿੱਚ ਉਹ ਚੀਜ਼ ਦਿੱਤੀ ਹੋਈ ਹੈ, ਫਿਰ ਕੋਈ ਵੀ MP ਹੋਊਗਾ ਉਹ ਉਸ, ਜੇ ਉਸ MP ਨੂੰ ਉਸ ਡਿਮਾਂਡ ਆਫ ਗ੍ਰਾਂਟ ਦੇ ਉੱਪਰ ਕੋਈ ਇਤਰਾਜ਼ ਹੋਵੇ ਵੀ ਇਹ ਪੈਸਾ ਤਾਂ ਜੀ ਜ਼ਿਆਦਾ ਦੇ ਰਹੇ ਹੋ ਇਸ ਸਕੀਮ ਵਾਸਤੇ, ਇਹ ਵੇਸਟੇਜ ਆਫ ਮਨੀ ਹੈ, ਇਹ
ਇਤਰਾਜ਼ ਹੋਵੇ ਇਸ ਪਾਰਟੀਕੂਲਰ ਪਾਲਿਸੀ ਜਾਂ ਡਿਮਾਂਡ ਆਫ ਗ੍ਰਾਂਟ ਦੇ ਉੱਪਰ ਤਾਂ ਉਹਨੂੰ ਵੀ ਕਈ ਤਰ੍ਹਾਂ ਦੇ ਟੂਲ ਦਿੱਤੇ ਜਾਂਦੇ ਨੇ। ਉਹਨਾਂ ਟੂਲਸ ਨੂੰ ਕਹਿੰਦੇ ਨੇ ਜੀ ਕਟਿੰਗ ਟੂਲਸ, ਠੀਕ ਹੈ। ਕਟਿੰਗ ਮੋਸ਼ਨ, ਤਿੰਨ ਤਰ੍ਹਾਂ ਦੇ ਕੱਟ ਮੋਸ਼ਨ ਹੁੰਦੇ ਨੇ ਜੋ ਕਿ ਮੈਂਬਰ ਆਫ ਪਾਰਲੀਮੈਂਟ ਵਰਤ ਸਕਦੇ ਨੇ ਸਰਕਾਰ ਜਿਹੜੀ ਇਹ ਡਿਮਾਂਡ ਆਫ ਗ੍ਰਾਂਟ ਹੁੰਦੀ ਹੈ ਇਹਨੂੰ ਘੱਟ ਵੱਧ ਕਰਨ ਦੇ ਲਈ। ਇਹਦੇ ਬਾਰੇ ਹਲੇ ਆਪਾਂ ਅੱਗੇ ਗੱਲ ਕਰਨੀ ਹੈਗੀ। ਤੇ ਫਿਰ ਜਿਹੜੀਆਂ ਡਿਮਾਂਡਾਂ ਰਹਿ ਜਾਂਦੀਆਂ ਨੇ ਡਿਸਕਸ ਨਹੀਂ ਹੁੰਦੀਆਂ ਉਹਨਾਂ ਨੂੰ ਗਿਲੇਟਾਈਨ ਕਰ ਦਿੱਤਾ ਜਾਂਦਾ। ਗਿਲੇਟਾਈਨ ਆਪਾਂ ਕੱਲ ਪੜ੍ਹ ਲਿਆ ਸੀ। ਗਿਲੇਟਾਈਨ ਮੋਸ਼ਨ ਦਾ ਮਤਲਬ ਹੁੰਦਾ ਜੀ ਵੀ ਜਿੱਥੇ ਅਨਡਿਸਕਸਡ ਜਿਹੜੇ ਕਲੋਜ਼ ਹੁੰਦੇ ਨੇ ਕਿਸੇ ਬਿੱਲ ਦੇ ਉਹ ਵੀ ਵੋਟ ਪਾ ਦਿੱਤੇ ਜਾਂਦੇ ਨੇ ਅਲੋਂਗ ਵਿਦ ਦਾ ਡਿਸਕਸ ਵਨ। ਸੋ ਇਦਾਂ ਬਜਟ ਦੇ ਉੱਪਰ ਵੋਟਿੰਗ ਹੁੰਦੀ ਤੇ ਆਹ ਸਟੇਜਸ ਦੇ ਥਰੂ ਬਜਟ ਲੰਘਦਾ। ਸਭ ਤੋਂ ਪਹਿਲਾਂ ਉਹਨੂੰ ਪ੍ਰੈਜੈਂਟ ਕੀਤਾ ਜਾਂਦਾ ਲੋਕ ਸਭਾ ਦੇ, ਜਿਵੇਂ ਕਿ ਆਪਾਂ ਪਿੱਛੇ ਪੜ੍ਹ ਲਿਆ। ਫਿਰ ਉਹਦੇ ਉੱਪਰ ਜਨਰਲ ਡਿਸਕਸ਼ਨ ਹੁੰਦੀ ਹੈਗੀ। ਫਿਰ ਸਕਰੂਟਨੀ ਕੀਤੀ ਜਾਂਦੀ ਹੈ ਡਿਪਾਰਟਮੈਂਟਲ ਕਮੇਟੀ ਦੁਆਰਾ। ਫਿਰ ਡਿਮਾਂਡ ਫੋਰ ਗ੍ਰਾਂਟ ਕੀਤੀ ਜਾਂਦੀ ਹੈਗੀ, ਇਹ ਵੋਟ ਹੁੰਦੀ ਹੈ। ਇਹਦੇ ਬਾਰੇ ਹਲੇ ਆਪਾਂ ਅੱਗੇ ਪੜ੍ਹਨਾ ਹੈਗਾ। ਫਿਰ ਐਪਰੋਪ੍ਰੀਏਸ਼ਨ ਬਿੱਲ ਪਾਸ ਹੁੰਦਾ ਤੇ ਫਿਰ ਫਾਈਨਾਂਸ ਬਿੱਲ ਪਾਸ ਹੁੰਦਾ। ਇਹਨਾਂ ਚੀਜ਼ਾਂ ਬਾਰੇ ਹਲੇ ਅੱਗੇ ਆਪਾਂ ਪੜ੍ਹਨਾ ਤੇ ਇਹਨਾਂ ਤੋਂ ਇਲਾਵਾ ਵੀ ਆਪਾਂ ਦੋ ਚਾਰ ਚੀਜ਼ਾਂ ਬਾਰੇ ਹਲੇ ਹੋਰ ਡਿਸਕਸ ਕਰਨਾ ਜੋ ਕਿ ਬਜਟ ਦੇ ਸੰਬੰਧ ਦੇ ਵਿੱਚ ਨੇ। ਤਾਂ ਦੇਖੋ ਆਹ ਸਟਰਕਚਰ ਹੁੰਦਾ ਬਜਟ ਹੁੰਦਾ ਹੈਗਾ ਜਿਹੜਾ, ਉਹਦੇ ਦੋ ਹਿੱਸੇ ਹੁੰਦੇ ਨੇ। ਇੱਕ ਹੁੰਦਾ ਰਿਸਿਪਟ ਪਾਰਟ, ਦੂਸਰਾ ਹੁੰਦਾ ਜੀ ਐਕਸਪੈਂਡੀਚਰ ਪਾਰਟ। ਰਿਸਿਪਟ ਦਾ ਮਤਲਬ ਹੁੰਦਾ ਜੀ ਕਮਾਈ, ਸਰਕਾਰ ਨੂੰ ਜਿਹੜੇ ਸੋਰਸਿਸ ਤੋਂ ਕਮਾਈ ਹੋ ਰਹੀ ਹੈ ਉਹ ਸਾਰਾ ਪੈਸਾ ਰਿਸਿਪਟ ਪਾਰਟ ਦੇ ਵਿੱਚ ਆ ਜਾਂਦਾ। ਤੇ ਐਕਸਪੈਂਡੀਚਰ ਦਾ ਮਤਲਬ ਹੁੰਦਾ ਜੀ ਖਰਚੇ, ਸਰਕਾਰ ਤਾਂ ਜਿੱਥੇ ਜਿੱਥੇ ਸਰਕਾਰ ਖਰਚੇ ਕਰ ਰਹੀ ਹੈ ਉਹਨਾਂ ਦਾ ਰਿਕਾਰਡ ਇੱਥੇ ਆ ਜਾਂਦਾ। ਤੇ ਇਹਨਾਂ ਦੋਵਾਂ ਦੇ ਵਿਚਾਲੇ ਜਿਹੜਾ ਗੈਪ ਪੈ ਜਾਂਦਾ ਹੈਗਾ ਉਹਨੂੰ ਡੈਫੀਸਿਟ ਕਹਿੰਦੇ ਨੇ। ਅਕਸਰ ਹਰੇਕ ਸਾਲ ਆਪਾਂ ਦੇਖਦੇ ਹਾਂ ਸਰਕਾਰ ਨੂੰ ਕਮਾਈ ਘੱਟ ਤੇ ਖਰਚੇ ਜ਼ਿਆਦਾ ਹੋ ਜਾਂਦੇ ਨੇ। ਸਰਕਾਰ ਆਪਦੇ ਖਰਚੇ, ਠੀਕ ਹੈ, ਕਹਿ ਦਿੰਦੇ ਵੀ ਸਾਨੂੰ ਤਾਂ ਘੱਟ ਕਮਾਈ ਹੈ ਇਸ ਸਾਲ। ਜਿਵੇਂ ਪੰਜਾਬ ਸਰਕਾਰ ਆਪਦਾ ਬਜਟ ਪੇਸ਼ ਕਰਕੇ ਕਹਿ ਦਿੰਦੀ ਹੈ ਵੀ ਸਾਡਾ ਤਾਂ ਖਰਚਾ ਬੜਾ ਜ਼ਿਆਦਾ ਵੱਧ ਗਿਆ, ਐਕਸਪੈਂਡੀਚਰ ਜ਼ਿਆਦਾ ਵੱਧ ਗਿਆ, ਕਮਾਈ ਘੱਟ ਹੋਈ ਆ। ਸੋ ਉਹ ਇੱਥੋਂ ਹੁੰਦਾ ਜਗਾੜ, ਠੀਕ ਹੈ, ਜਿਹੜਾ ਵੀ ਹੁੰਦਾ। ਸੋ ਹੁਣ ਆਪਾਂ ਇਹ ਟੇਬਲ ਨੂੰ ਇੱਕ ਵਾਰ ਧਿਆਨ 'ਚ ਦੇਖੋ, ਇਹਨੂੰ ਹਲੇ ਆਪਾਂ ਡਿਟੇਲ ਦੇ ਵਿੱਚ ਸਮਝਣਾ ਹੈਗਾ ਵੀ ਇਹ ਬਜਟ ਦਾ ਜਿਹੜਾ ਸਟਰਕਚਰ ਹੈ ਇਹ ਕਿਵੇਂ ਕੰਮ ਕਰਦਾ। ਹੁਣ ਰਿਸਿਪਟ ਦੇ ਵਿੱਚ ਵੀ ਅੱਗੇ ਦੋ ਸਭ ਪਾਰਟਸ ਨੇ, ਕਿਹੜੇ ਕਿਹੜੇ? ਇੱਕ ਹੁੰਦਾ ਰੈਵਨਿਊ ਰਿਸਿਪਟ, ਦੂਸਰਾ ਹੁੰਦਾ ਜੀ ਕੈਪੀਟਲ ਰਿਸਿਪਟ। ਰੈਵਨਿਊ ਦੇ ਵਿੱਚ ਵੀ ਅੱਗੇ ਦੋ ਚੀਜ਼ਾਂ ਹੁੰਦੀਆਂ, ਇੱਕ ਟੈਕਸ, ਟੈਕਸ ਤੋਂ ਆਈ ਹੋਈ ਆਮਦਨ, ਤੇ ਦੂਜੀ ਨਾਨ ਟੈਕਸ ਤੋਂ ਆਈ ਹੋਈ ਆਮਦਨ। ਇਹਨੂੰ ਹਲੇ ਮੈਂ ਤੁਹਾਨੂੰ ਸਮਝਾਉਂਗਾ ਵੀ ਇਹਨਾਂ ਦੇ ਵਿੱਚ ਕੀ ਕੀ ਐਗਜ਼ਾਮਪਲ ਹੁੰਦੇ ਨੇ। ਫਿਰ ਟੈਕਸ ਵੀ ਅੱਗੇ ਦੋ ਤਰ੍ਹਾਂ ਦਾ ਹੁੰਦਾ, ਇੱਕ ਡਾਇਰੈਕਟ ਟੈਕਸ, ਇੱਕ ਹੁੰਦਾ ਜੀ ਇਨਡਾਇਰੈਕਟ ਟੈਕਸ। ਇਨਡਾਇਰੈਕਟ ਟੈਕਸ ਤਾਂ ਹੁਣ ਜੀਐਸਟੀ ਦੇ ਵਿੱਚ ਮਰਜ ਕਰ ਦਿੱਤੇ ਗਏ ਨੇ, ਬਟ ਇਹਦਾ ਪਾਰਟ ਹੈਗਾ। ਫਿਰ ਗੱਲ ਕਰਦੇ ਐਕਸਪੈਂਡੀਚਰ ਦੇ ਪਾਸੇ। ਐਕਸਪੈਂਡੀਚਰ 'ਚ ਵੀ ਅੱਗੇ ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਰੈਵਨਿਊ ਐਕਸਪੈਂਡੀਚਰ, ਦੂਸਰਾ ਕੈਪੀਟਲ ਐਕਸਪੈਂਡੀਚਰ। ਹੁਣ ਇਹਨਾਂ ਚੀਜ਼ਾਂ ਨੂੰ ਆਪਾਂ ਇੱਕ ਇੱਕ ਕਰਕੇ ਪੜ੍ਹਦੇ ਹਾਂ। ਸਭ ਤੋਂ ਪਹਿਲਾਂ ਆਪਾਂ ਰਿਸੀਪਟ ਵਾਲਾ ਪੋਰਸ਼ਨ ਹੈ ਇਹਨੂੰ ਚੱਕਦੇ ਹਾਂ, ਠੀਕ ਹੈ। ਐਕਸਪੈਂਡੀਚਰ ਵਾਲੇ ਪੋਰਸ਼ਨ ਆਪਾਂ ਬਾਅਦ 'ਚ ਦੇਖਦੇ ਹਾਂ। ਪਹਿਲਾਂ ਰਿਸਿਪਟ ਵਾਲਾ ਪੋਰਸ਼ਨ ਦੇਖਦੇ ਹਾਂ, ਸਰਕਾਰ ਨੂੰ ਆਮਦਨ ਹੈਗੀ, ਜਿਹੜੀ ਇਨਕਮ ਹੈਗੀ ਉਹ ਕਿੱਥੋਂ ਕਿੱਥੋਂ ਜਨਰੇਟ ਹੁੰਦੀ ਹੈ। ਤਾਂ ਰਿਸਿਪਟ ਦੇ ਵਿੱਚ ਵੀ ਪਹਿਲਾਂ ਆਪਾਂ ਦੇਖਦੇ ਹਾਂ ਟੈਕਸ ਰੈਵਨਿਊ। ਟੈਕਸ ਰੈਵਨਿਊ ਆਪਾਂ ਚੱਕ ਲਿਆ ਜੀ ਟੈਕਸ ਰੈਵਨਿਊ। ਟੈਕਸ ਰੈਵਨਿਊ ਦੇ ਵਿੱਚ ਸਰਕਾਰ ਨੂੰ ਕਿੱਥੋਂ ਕਿੱਥੋਂ ਆਮਦਨ ਹੁੰਦੀ ਹੈ, ਕਿਹੜੇ ਕਿਹੜੇ ਟੈਕਸਿਸ ਤੋਂ। ਸੋ ਸਭ ਤੋਂ ਪਹਿਲਾਂ ਤਾਂ ਡਾਇਰੈਕਟ ਟੈਕਸ। ਡਾਇਰੈਕਟ ਟੈਕਸ ਦੇ ਵਿੱਚ ਕਿਹੜੇ ਆ ਗਏ? ਤੁਹਾਡੇ 'ਚੋਂ ਜਿਹੜਾ ਵੀ ਕੋਈ ਵੀਡੀਓ ਸੁਣ ਰਿਹਾ ਹੈਗਾ, ਫੋਰ ਐਗਜ਼ਾਮਪਲ ਕੋਈ ਸਰਕਾਰੀ ਮੁਲਾਜ਼ਮ ਹੈ, ਕੋਈ ਟੀਚਰ ਲੱਗਿਆ ਹੈਗਾ, ਟੀਚਰ ਸਾਹਿਬਾਨ ਇਸ ਵੀਡੀਓ ਸੁਣਦੇ ਆ, ਤੁਹਾਡੀ ਜਿਹੜੀ ਹਰ ਮਹੀਨੇ ਤਨਖਾਹ ਪੈਂਦੀ ਹੈ ਤੁਹਾਨੂੰ ਵੀ ਪਤਾ ਇਨਕਮ ਟੈਕਸ ਤੁਹਾਡਾ ਕੱਟਿਆ ਜਾਂਦਾ। ਤੇ ਇਨਕਮ ਟੈਕਸ ਕੀ ਹੈ? ਇੱਕ ਤਰ੍ਹਾਂ ਦਾ ਡਾਇਰੈਕਟ ਟੈਕਸ ਹੈਗਾ। ਤੇ ਉਹ ਪੈਸਾ ਕਿੱਥੇ ਆਉਂਦਾ? ਉਹ ਪੈਸਾ ਸਰਕਾਰ ਕੋਲੇ ਜਾਂਦਾ, ਠੀਕ ਹੈ। ਸੋ ਉਸ ਟੈਕਸ ਦੇ ਥਰੂ ਸਰਕਾਰ ਨੂੰ ਕਮਾਈ ਹੁੰਦੀ ਹੈ। ਪਹਿਲਾ ਸਾਧਨ ਤਾਂ ਉਹ ਹੈਗਾ ਡਾਇਰੈਕਟ ਟੈਕਸ ਦੇ ਥਰੂ। ਦੂਸਰਾ ਹੈਗਾ ਜੀ ਇਨਡਾਇਰੈਕਟ ਟੈਕਸ। ਇਨਡਾਇਰੈਕਟ ਟੈਕਸ ਬੇਸਿਕਲੀ ਹੁੰਦਾ ਜੀਐਸਟੀ ਦੇ ਵਿੱਚ ਮਰਜ ਕਰਦੇ। ਪਹਿਲਾਂ ਕੀ ਹੁੰਦਾ ਸੀ? ਤੁਸੀਂ ਦੁਕਾਨ ਦੇ ਵਿੱਚ ਜਾਂਦੇ ਸੀ, ਕੋਈ ਵੀ ਪਰਚੂਨ ਦੀ ਸ਼ਾਪ ਹੁੰਦੀ ਸੀ, ਉਹਦੇ ਉੱਪਰ ਫਰਜ਼ ਕਰੋ ਵਿੱਚ ਜਾ ਉਹ ਦੁਕਾਨ 'ਚ ਜਾ ਕੇ ਤੁਸੀਂ ਬੰਦੇ ਨੂੰ ਕਹਿਤਾ ਵੀ ਅੰਕਲ ਜੀ ਮੈਨੂੰ ਟੁੱਥਪੇਸਟ ਚਾਹੀਦਾ। ਟੁੱਥਪੇਸਟ ਉਹ ਦੇ ਦੂਗਾ। ਤੇ ਅਕਸਰ ਤੁਸੀਂ ਜਦੋਂ ਟੁੱਥਪੇਸਟ ਖਰੀਦਦੇ ਸੀਗੇ ਉਹਦੇ ਪਿੱਛੇ ਪਹਿਲਾਂ ਕੀ ਲਿਖਿਆ ਹੁੰਦਾ ਸੀਗਾ? ਪਹਿਲਾਂ ਇਹ ਲਿਖਿਆ ਹੁੰਦਾ ਸੀ ਵੀ ਇਹ ਟੁੱਥਪੇਸਟ ਦੀ ਜਿਹੜੀ ਕੀਮਤ ਹੈ ਉਹ ਕਿੰਨੀ ਹੈ? ਉਹ ਹੈ ਜੀ 50 ਰੁਪਏ। ਤੇ ਸਾਈਡ ਦੇ ਵਿੱਚ ਬ੍ਰੈਕਟ ਦੇ ਵਿੱਚ ਇਹ ਲਿਖਿਆ ਜਾਂਦਾ ਸੀ ਇਨਕਲੂਸਿਵ ਆਫ ਆਲ ਟੈਕਸਿਸ। ਜਿਹੜਾ ਉਹ ਇਨਕਲੂਸਿਵ ਆਫ ਆਲ ਟੈਕਸਿਸ ਹੁੰਦਾ ਸੀ ਉਹਦਾ ਮਤਲਬ ਸੀਗਾ ਵੀ ਉਹ ਇਨਡਾਇਰੈਕਟ ਟੈਕਸ ਨੇ। ਤੇ ਹੁਣ ਉੱਥੇ ਜੀਐਸਟੀ ਆਉਂਦਾ ਜੀ, ਠੀਕ ਹੈ। ਸੋ ਇਹ ਕਮਾਈ ਸਭ ਤੋਂ ਪਹਿਲਾਂ ਟੈਕਸ ਦੇ ਥਰੂ ਹੁੰਦੀ ਹੈ ਸਰਕਾਰ ਨੂੰ। ਟੈਕਸ ਦੇ ਵੀ ਆਪਾਂ ਦੋ ਹਿੱਸੇ ਪੜ ਲਏ, ਡਾਇਰੈਕਟ ਤੇ ਇਨਡਾਇਰੈਕਟ। ਹੁਣ ਨਾਨ ਟੈਕਸ ਦੇ ਥਰੂ ਸਰਕਾਰ ਨੂੰ ਕਿਹੜੀ ਆਮਦਨ ਆਉਂਦੀ ਹੈ? ਦੇਖੋ ਨਾਨ ਟੈਕਸ ਦੇ ਵਿੱਚ ਤਾਂ ਬੇਸਿਕਲੀ ਸਰਕਾਰ ਨੂੰ ਕੋਈ ਇਹੀ ਜਿਹੀ ਚੀਜ਼ ਜਿਹੜੀ ਸਰਕਾਰ ਨੂੰ ਪੈਸਾ ਕਿਸੇ ਨਾ ਕਿਸੇ ਤਰੀਕੇ ਪ੍ਰੋਵਾਈਡ ਕਰੇ ਉਹ ਨਾਨ ਟੈਕਸ ਦੇ ਵਿੱਚ ਆਉਂਦੀ ਹੈ। ਫੋਰ ਐਗਜ਼ਾਮਪਲ ਕਿਸੇ ਕੋਈ ਕਿਸੇ ਪਰਿਵਾਰ ਦਾ ਕੋਈ ਜੀ ਜੇਲ੍ਹ ਦੇ ਵਿੱਚ ਹੈ, ਠੀਕ ਹੈ, ਉਹ ਬੰਦੇ ਦੀ ਜ਼ਮਾਨਤ ਕਰਾਉਣੀ ਹੈਗੀ ਤਾਂ ਉਹਦੇ ਵਾਸਤੇ ਫੀਸ ਲੱਗੂਗੀ, ਉਹ ਫੀਸ ਸਰਕਾਰ ਕੋਲ ਜਾਊਗੀ। ਉਹ ਨਾਨ ਟੈਕਸ ਦਾ ਹੀ ਇੱਕ ਸਾਧਨ ਹੈ। ਸੋ ਕਹੋ ਕਿਸੇ ਰੂਪ ਦੇ ਵਿੱਚ ਕੋਈ ਫੀਸ ਲੈ ਲਏ ਸਰਕਾਰ, ਉਹ ਸਾਰਾ ਕੁਝ ਨਾਨ ਟੈਕਸ ਦਾ ਅੱਗੇ ਪਾਰਟ ਬਣਾਉਂਦੇ ਨੇ, ਉਹਦੀ ਐਗਜ਼ਾਮਪਲ ਹੈ। ਫਿਰ ਅੱਗੇ ਗੱਲ ਕਰਦੇ ਹਾਂ ਜੀ ਕੈਪੀਟਲ ਰਿਸਿਪਟ ਦੀ। ਆਹ ਦੇਖੋ ਕੈਪੀਟਲ ਰਿਸਿਪਟ, ਕੈਪੀਟਲ ਦੇ ਥਰੂ ਸਰਕਾਰ ਨੂੰ ਕੋਈ ਪੈਸਾ ਆਉਂਦਾ? ਹਾਂਜੀ ਆਉਂਦਾ। ਫੋਰ ਐਗਜ਼ਾਮਪਲ ਕੈਪੀਟਲ ਰਿਸਿਪਟ ਦਾ ਮਤਲਬ ਇਹ ਹੈ ਜਿਹੜੀ ਸੰਪੱਤੀ ਸਰਕਾਰ ਦੀ ਕੋਈ ਐਸੈਟ ਹੈਗੀ, ਸੰਪੱਤੀ ਹੈ, ਉਹ ਸਰਕਾਰ
बसा का किराया होगा, यह सारा सरकार की संपत्ति है, सरकार की एसेट है, ये सरकार की कर रही है, सरकार पैसे कमा के दे रही है। उस तो अलावा लोन की रिकवरी, ठीक है, इस इनवेस्टमेंट सरकार की करती है, आपदी जी पीएसयू होंगे ने पब्लिक सैक्टर अंडरटेकिंग होंगे ने उन्होंने वेच दिंदी है, उन्होंने शेयर वेच दिंदी है, वो थ्रू सरकार कमाई करती है, होंगे तो वो सरकारी एसेट ने गे बोरिंग प्रोविडेंट फंड के थ्रू, यह सारा एग्जाम्पल ने जी कैपिटल शिफ्ट दी। सो आपां आ हिस्सा का डिस्कस कर लिया बजट का भी सरकार कि सोर्स तो आमदन यानी कि इनकम होंगी है। हूँ सरकार के खर्चों पर भी चानन पा लिए, जिहड़े ये कहें भी साढ़े खर्चे बड़े ज्यादा बढ़ गए। सो सब तो पहला तो आ गए जी एक्सपेंडिचर के रेवन्यू एक्सपेंडिचर। रेवन्यू एक्सपेंडिचर का मतलब है जी जिहड़े पैसे सरकार सीधे खर्च करे, सीधे किवें खर्च करे, सरकार तनखाह देनी ने सरकार ने भाई मुलाजमान, जिहड़ी सेंटर सरकार है उन्हें अपने मुलाजमान लख लख रुपये जिहड़े तनखाह बहुत ज्यादा ने उत्थे उन्होंने तनखाह सैलरी डिस्ट्रीब्यूट करनी ने। सरकार ने जो डिफेंस इक्विपमेंट खरीदना है वो सरकार पैसे खर्चती है, हेल्थ के एजुकेशन उपर सरकार ने पैसा लाना, सरकार वेरियस गवर्नमेंट स्कीम लेके आती है वो उपर सरकार सीधे पैसे लाइदी है, ठीक है, सेंटर सैक्टर स्कीम सेंटर स्पोंसर स्कीम उन्होंने बारे आप पढ़ते हैं, ठीक है। उस तो अलावा कोई भी एक्सपेंडिचर जो सरकार सीधे पैसे लाए वो रेवन्यू एक्सपेंडिचर के आता है। फिर आ गया जी कैपिटल एक्सपेंडिचर। कैपिटल एक्सपेंडिचर का मतलब है जी जिहड़ा खर्चा सरकार की कोई भी संपत्ति है उन्होंने मेनटेन करने के उपर कोई खर्चा आ रहा हो कैपिटल एक्सपेंडिचर के उपर आ रहा, सरकार का कोई महकमा है उस महकमे को मेनटेन करने के उपर कोई भी खर्चा है, तो फॉर एग्जाम्पल मैं तुम्हें दस रहा है उस महकमे को मेनटेन करने के उपर जो खर्चा आता है या सरकार की कोई भी होर एसेट है कोई बिल्डिंग हैगी मेनटेन करने के कोई खर्चा आता है वो कैपिटल एक्सपेंडिचर के आता है। सो यह है जी बजट का जो कैपिटल एक्सपेंडिचर वाला हिस्सा है। सो बजट हम अपन ओवरऑल पता लग गया भी बजट होंगे की है। अगे वध हूँ आर्टिकल अपने डिस्कस कर रहे हैं 112 13 14 15 16 117 आर्टिकल कल आप डिस्कस कर रहे थे। सो 112 आर्टिकल आप डिस्कस कर चुके हैं, 113 तो लैके 116 आर्टिकल पहले तो आप डिस्कस करिए बाकी गल आप बाद चो हले देखते हैं। सब तो पहले आप गल कर रहे हैं आर्टिकल 13 की, ये डिमांड ऑफ ग्रांट बारे गल की हुई है। आर्टिकल 13 के अगर दो क्लोज ने, सब तो पहला क्लोज यह कहता है जिहड़े भी देखो चार्ज एक्सपेंडिचर होंगे ने कंसोलीडेटेड फंड ऑफ इंडिया उन्होंने वास्ते पार्लीमेंट के वोटिंग नहीं कराई जाती। पहली गल चार्ज एक्सपेंडिचर समझो की होंगे ने, ये ज्यादातर तनखाह होंगे ने देश के राष्ट्रपति की सैलरी वाइस प्रेजिडेंट की सैलरी लोग सभा के स्पीकर की तनखा सुप्रीम कोर्ट या हाई कोर्ट के जजा की तनखा उन्होंने बारे मैं थोड़ा पिछले लैक्चर में पढ़ाया होगा कि उन्होंने तनखा होंगी जी पार्लीमेंट नॉन वोटेबल होंगी है। नॉन वोटेबल का मतलब होंगे जी बजट पास हो ना हो तनखा उन्होंने देनी ही पैंती है। सो य चीज़ के उपर वोटिंग नहीं कराई जाती। अच्छा इन्हों तो इलावा जोड़े नॉन चार्ज एक्सपेंडिचर हो गए उन्होंने वास्ते फिर की चाहता है, उन्होंने वास्ते दूसरा क्लोज आर्टिकल 13 वास्ते ये लिखा है भी जे कंसोलीडेटेड फंड ऑफ इंडिया कोई भी थोड़े खर्चा पैसा टका लेना है, ठीक है, वो वास्ते थोनू पहली गल डिमांड करनी पेगी ग्रांट के रूप के वह भी लोग सभा तो थोड़ू मंजूरी लेनी पेगी, ठीक है, लोग सभा ये उपर वोटिंग पेगी फिर थोड़ू मंजूरी दोगे भी पैसा तुम कंसोलीडेटेड फंड ऑफ इंडिया कढ़ा सकते हो जोड़ा कि नॉन चार्ज एक्सपेंडिचर हो कहता जी आर्टिकल 113। हूँ पैसा कढ़ाने लिए कंसोलीडेटेड फंड ऑफ इंडिया जो पैसा कढ़ाना है वो वास्ते फिर एक एप्रोप्रिएशन बिल पास करवाना पैंता है, वह जिक्र आर्टिकल 114 के। सो आर्टिकल 114 कहता नो मनी शैल बी विदड्रॉन फ्रॉम द कंसोलीडेटेड फंड ऑफ इंडिया एक्सैप्ट अंडर द एप्रोप्रिएशन मेड बाय दला। जो कंसोलीडेटेड फंड ऑफ इंडिया ये बारे हले आप अगे इस लैक्चर पढ़ना है, ये जो पैसा कढ़ाना है ये बेसिकली सरकार जी आमदन हुई होंगी टैक्स के थ्रू जो सरकार रेवन्यू आया होंगे गा वो पैसा इस कंसोलीडेटेड फंड ऑफ इंडिया इस खाते के आंदा है। जे इस खाते के इस फंड के पैसा कढ़ाना है तो वो वास्ते लॉ लेके आना पेगा यानी कि पार्लीमेंट तो अपरूवल लेनी पेगी तो एप्रोप्रिएशन बिल पास करवाना पेगा फिर ही उस खाते तुम पैसा कढ़ा सकते हो। दस द एप्रोप्रिएशन बिल ऑथोराइज द अमाउंट विच कैन बी ड्रॉन आउट ऑफ द कंसोलीडेटेड फंड ऑफ इंडिया फॉर मीटिंग द एक्सपेंडिचर। इस ऑथोराइज जो एप्रोप्रिएशन बिल होंगे ये ऑथोराइज करता भी कि अमाउंट इस कंसोलीडेटेड फंड ऑफ इंडिया के कढ़नी है जिद जो सरकार के खर्चे ने गए एक्सपेंडिचर ने वह मीट किए जा सकन। उस तो अलावा ये एप्रोप्रिएशन बिल के, ठीक है, सारा कुछ पास कराया जा सकता इंक्लूडिंग वोट ऑफ अकाउंट, ये भी आप हले अगे पढ़ना वोट ऑन अकाउंट की होंगे गा। अगे गल करते हैं कहना वंस द लोग सभा हैज पास द एप्रोप्रिएशन बिल, एक बार लोग सभा इस एप्रोप्रिएशन बिल जो पास कर देती है ये उपर भी वोटिंग होंगी है, ये बिल अगे जाके एक्ट बनता है। फिर की होंगे
जो एक बार बिल लोग सभा पास हो गया तो इस बिल अमेंड नहीं किया सारा, जाने की जिनी अमाउंट कहती भी इन्नी अमाउंट कंसोलीडेटेड फंड ऑफ इंडिया कटनी है बाद अमाउंट जी रकम है वह चेंज नहीं कर सकते। सो उस चीज़ को अमेंड नहीं कर सकते। अगे गल करते हैं फिर जो राष्ट्रपति के एक्सेंट मिल जाते हैं दूसरे हाउस के भी पास हो जाता है फिर राष्ट्रपति के एक्सेंट मिल जाते हैं ये एप्रोप्रिएशन बिल फिर एप्रोप्रिएशन एक्ट बन जाता है। सो जो ये एप्रोप्रिएशन एक्ट है ये सरकार गवर्नमेंट ऑफ इंडिया ऑथोराइज करता है भी तुम कंसोलीडेटेड फंड ऑफ इंडिया के पैसे कढ़ा सकते हो अपने जो एक्सपेंडिचर ने उन्होंने मीटअप करने के लिए। सो ये आर्टिकल 114 कहता है। अगे आ गया जी फाइनेंस एक्ट, यह जिक्र संविधान के आर्टिकल 265 के गया। ये बेसिकली जी सरकार इनकम है इनकम होंगी उन्होंने लीगलाइज करने के लिए यह चीज़ दी हुई है। ये कहना भी नो टैक्स शैल बी लेविड और कलैक्टिड एक्सैप्ट बाय अथॉरिटी ऑफ लॉ। कोई भी टैक्स सरकार इकट्ठा करती है या सरकार ने कोई टैक्स लाना है वो बिना अपरूवल तो पार्लीमेंट की अपरूवल तो बिना नहीं लाया जा सकता। तो इंपोर्टेंट गल यह है भी सरकार ने कोई भी फंड रेज करने ने टैक्सेशन के थ्रू, ठीक है, तो वो वास्ते फाइनेंस बिल लिया पेगा जो कि इन चीज़ों डील करते। तो यह बिल आपकी जो इंट्रोड्यूस होगा वो 75 दिनों के बिल पास होना चाहिए फिर यह बन जूगा जी फाइनेंस एक्ट। तो यह फाइनेंस एक्ट है जो एप्रोप्रिएशन जो बिल आप पिछले पढ़ा वो किवें डिफरेंट है तो देखो दो तरीके डिफरेंट है। एप्रोप्रिएशन जो बिल है वो तो बेसिकली लीगलाइज करता है सरकार का जो बजट का एक्सपेंडिचर वाला हिस्सा है, ठीक है, बजट का एक्सपेंडिचर वाला हिस्सा खर्च वाला हिस्सा उन्होंने लीगलाइज करता है क्योंकि कंसोलीडेटेड फंड ऑफ इंडिया कि पैसे कड़ने ने उस चीज़ को ऑथराइज करता है अपना एप्रोप्रिएशन बिल। वेयर है जो फाइनेंस एक्ट है लीगलाइज करता है इनकम साइड, ठीक है, सरकार ने जो इनकम टैक्स लाने ने, ठीक है, आप पढ़ते हैं बजट के सरकार कोई नवा टैक्स लई, ठीक है, जरकार किमें टैक्स लैवी करती है उस चीज़ को लीगलाइज करता है यह फाइनेंस एक्ट, बहुत इंपोर्टेंट गल है। दूसरी गल, एक बार लोग सभा जो एप्रोप्रिएशन बिल पास होता है तो वो अमेंड नहीं किया जा सकता, आप पिछले पढ़ लिया, बट जो फाइनेंस एक्ट है यू अमेंड किया जा सकता है, यानी कि जो टैक्स सरकार लैवी करती हैगी रिजैक्ट भी कर सकती है तो उन्होंने घटा भी सकती हैगी, ठीक है, इन केस ऑफ फाइनेंस बिल। यह फर्क है जी एप्रोप्रिएशन बिल से फाइनेंस बिल के विचाले। अगे गल करते हैं आर्टिकल 115 की, ये ग्रांटा की गल की है कि सप्लीमेंटरी ग्रांट, एडिशनल ग्रांट से एक्सैस ग्रांट, इन ग्रांटों भी समझने की कोशिश करते हैं क्योंकि इन ग्रांटा लेके PPSC ने एक बार मैच का फॉलोइंग टाइप क्वेश्चन पूछ लिया। सो आओ समझना, सब तो पहला आ गए जी सप्लीमेंटरी ग्रांट, पंजाबी समझा, यह ग्रांट दी जाती है बेसिकली कोई सर्विस के लिए ही दी जाती है सरकार द्वारा पार्लीमेंट द्वारा, यह ग्रांट सैक्शन की जाती है भी कोई आपका कोई गवर्नमेंट स्कीम के उपर पैसे लाने ने या कोई भी इंफ्रास्ट्रक्चर खड़ा करना। फॉर एग्जाम्पल, जस्ट एग्जाम्पल के तौर पर तुम्हें मैं दसदा, आप एग्जाम्पल ही ले रहे हैं, कोई पुल बना, कोई ब्रिज बना, वो वास्ते पार्लीमेंट ने 200 करोड़ रुपया सैक्शन करता, पार्लीमेंट नहीं करती, अगे फिर जो मिनिस्ट्री है कि रोड ट्रांसपोर्ट हाईवे, ठीक है, वो द्वारा अगे होंगे, आप सिर्फ तुम्हें एग्जाम्पल के तौर पर समझा रहा मैं, ठीक है, यू लैके हम चीती जाना पे। फॉर एग्जाम्पल 200 करोड़ रुपया किसी ब्रिज वास्ते सैक्शन हुआ, किसी पुल बनाने वास्ते सैक्शन हुआ, बाद जो पुल बन लग गया तो पता लग गया भी वह पुल हाले बनना है बट जो पैसा सरकार ने दिता वह पैसा थुड़ गया, वह पैसा घट गया, सो होर पैसे की लड़ है, तो उदो की होंगे उदो सप्लीमेंटरी जी ग्रांट हैगी फिर दी जाती है। तो जो कंट्रोलर एंड ऑडिटर जनरल CAG है भारत का, वह फिर यह चीज़ सरकार यानी कि पार्लीमेंट के नोटिस के लिया, तो फिर एक कमेटी होंगी सरकार की पब्लिक अकाउंट कमेटी, वो एग्जामिन करती है इन्ह ग्रांटों, तो फिर सरकार को रिकमेंडेशन देती है भी बाकी पैसा जो थोड़ा वह दे दो। जी ग्रांटा होंगे ने यह पार्लीमेंट मूहे प्रजेंट की होंगे ने बिफोर द एंड ऑफ ईच फाइनैशियल ईयर, ठीक है, फाइनैशियल ईयर अपन पता 1 अप्रैल तो शुरू होंगे 31 मार्च तक यह खत्म होंगे। होर कि ग्रांटा ने, दूसरी है कि एडिशनल ग्रांट। एडिशनल ग्रांट की होंगे, फर्ज करो तुम पॉलिटी पढ़ रहे हो, तुम पॉलिटी दी मेरी वीडियोज लैक्चर सुन रहे हो, सारा लैक्चर तुम सुन ले, फंडामेंटल राइट वाला चैप्टर तुम कर लिया, तुम DPSP वाला चैप्टर पढ़ लिया, फिर तुम सीधा आ गए यूनियन वाले टॉपिक के उपर, बाद यूनियन तुम हले पढ़ रहे हो, थोड़ा पढ़ते पढ़ते याद आ गए भी ओह फंडामेंटल ड्यूटीज वाला चैप्टर तो मैं पढ़ना भूल ही गया, तो उदों उस चीज़ को एडिशनल ग्रांट कहते हैं। यानी कि कोई अहिजी सर्विस जिदा बजट के जिक्र ना किया जाए बाद सर्विस देनी पवे लोड़ पैजे, ठीक है, तो उदो एडिशनल ग्रांट लिया दी। फॉर एग्जाम्पल नवी यूनियन टैरेटरी क्रिएट की गई थी पिछले साल 31 अक्टूबर को, जम्मू एंड कश्मीर लद्दाख ये दो नवी यूटीज क्रिएट की गई थी,
ਬਜਟ ਦੇ ਵਿੱਚ ਤਾਂ ਇਹਨਾਂ ਨੂੰ ਪੈਸਾ ਜਿਹੜਾ ਦੇਣਾ ਸੀਗਾ ਉਹਦੇ ਦਾ ਜ਼ਿਕਰ ਕੋਈ ਕੀਤਾ ਨਹੀਂ ਗਿਆ ਸੀਗਾ। ਬਾਅਦ ਦੇ ਵਿੱਚ ਇਹ ਕ੍ਰੀਏਟ ਹੋਈਆਂ ਨੇ, ਅਚਾਨਕ ਹੀ ਧਾਰਾ 370 ਸੀਗੀ ਉਹ ਰੀਪੀਲ ਕਰਤੀ ਤੇ ਇਹ ਦੋ ਨਵੀਆਂ ਯੂਟੀਸ ਬਣਾਤੀਆਂ ਸਟੇਟ ਨੂੰ ਤੋੜ ਕੇ। ਸੋ ਇਹ ਪਹਿਲਾਂ ਤਾਂ ਹੈ ਨਹੀਂ ਸੀਗਾ, ਇਹ ਨਵੀਂ ਸਰਵਿਸ ਬਾਅਦ ਦੇ ਵਿੱਚ ਆਈ ਹੈ। ਸੋ ਇਹਦੇ ਵਾਸਤੇ ਫਿਰ ਪੈਸਾ ਫੋਰ ਐਗਜ਼ਾਮਪਲ 8,000 ਕਰੋੜ ਰੁਪਇਆ ਦੇਣਾ ਸੀਗਾ, ਉਹ ਇਹਨਾਂ ਨੂੰ ਫਿਰ ਐਡੀਸ਼ਨ ਗ੍ਰਾਂਟ ਦੇ ਰੂਪ ਦੇ ਵਿੱਚ ਐਲੋਕੇਟ ਕਰਨਾ ਪਿਆ, ਸਮਝ ਗਏ ਜੀ। ਤੀਸਰੀ ਹੈਗੀ ਐਕਸੈਸ ਗ੍ਰਾਂਟ। ਐਕਸੈਸ ਗ੍ਰਾਂਟ ਦਾ ਮਤਲਬ ਹੈ ਜੀ ਕੋਈ ਸਕੀਮ ਤੇ ਪੈਸਾ ਜ਼ਿਆਦਾ ਲੱਗ ਜੇ ਜਿੰਨਾ ਉਸ ਸਕੀਮ ਨੂੰ ਮਿਲਿਆ ਹੋਇਆਗਾ ਉਸ ਚੀਜ਼ ਨੂੰ ਫਿਰ ਐਕਸੈਸ ਗ੍ਰਾਂਟ ਕਹਿੰਦੇ ਨੇ, ਵਾਧੇ ਘਾਟੇ ਫਿਰ ਇਸ ਐਕਸੈਸ ਗ੍ਰਾਂਟ ਚ ਪੂਰੇ ਕੀਤੇ ਹੁੰਦੇ ਨੇ। ਚੌਥੀ ਹੈਗੀ ਐਕਸੈਪਸ਼ਨ ਗ੍ਰਾਂਟ। ਇਟ ਇਜ਼ ਗ੍ਰਾਂਟਿਡ ਫੋਰ ਐਨ ਐਕਸੈਪਸ਼ਨਲ ਪਰਪਸ ਵਿਚ ਫੋਰਮ ਨੋ ਪਾਰਟ ਆਫ ਦਾ ਕਰੰਟ ਸਰਵਿਸ ਔਰ ਐਨੀ ਫਾਈਨੈਂਸ਼ੀਅਲੀ, ਯਾਨੀ ਕਿ ਕੋਈ ਐਕਸੈਪਸ਼ਨਲ ਪਰਪਸ ਵਾਸਤੇ ਇਹ ਐਕਸੈਪਸ਼ਨ ਗ੍ਰਾਂਟ ਵਰਤੀ ਸਕਦੀ ਹੈ। ਅੱਗੇ ਹੈਗਾ ਜੀ ਵੋਟ ਔਨ ਅਕਾਊਂਟ। ਵੋਟ ਔਨ ਅਕਾਊਂਟ ਤੇ ਇੱਕ ਟਰਮ ਹੋਰ ਹੁੰਦੀ ਹੈ ਇੰਟਰਿਮ ਬਜਟ, ਦੋਵਾਂ ਬਾਰੇ ਆਪਾਂ ਸਮਝਦੇ ਹਾਂ, ਠੀਕ ਹੈ। ਸਰਕਾਰ ਇਹ ਲਿਆਉਂਦੀ ਹੁੰਦੀ ਹੈ ਕਦੋਂ, ਜਦੋਂ ਦੇਖੋ ਸਰਕਾਰ ਦਾ ਪੰਜਵਾਂ ਤੇ ਅਖੀਰਲਾ ਸਾਲ ਹੋਵੇ ਉਦੋਂ ਇਹ ਟਰਮਾਂ ਨਿਊਜ਼ ਦੇ ਵਿੱਚ ਆਉਂਦੇ ਨੇ। ਕਿਵੇਂ, ਫਰਜ਼ ਕਰੋ ਬੀਜੇਪੀ ਦੀ ਸਰਕਾਰ ਇਸ ਵੇਲੇ, ਅਸਿਊਮ ਕਰ ਰਹੇ ਆਪਾਂ ਇਸ ਵੇਲੇ ਆਪਦੇ ਪੰਜਵੇਂ ਸਾਲ ਦੇ ਵਿੱਚ ਹੈ, ਜਦੋਂ 5 ਸਾਲ ਸਰਕਾਰ ਦੇ ਪੂਰੇ ਹੋ ਜਾਣਗੇ ਤਾਂ ਉਸ ਤੋਂ ਬਾਅਦ ਤਾਂ ਫਿਰ ਇਲੈਕਸ਼ਨ ਹੋ ਜਾਣਗੀਆਂ, ਤਾਂ ਜਦੋਂ ਸਰਕਾਰ ਦਾ ਲਾਸਟ ਸਾਲ ਹੁੰਦਾ ਨਾ ਤਾਂ ਉਦੋਂ ਕੀ ਹੁੰਦਾ ਹੈਗਾ, ਸਰਕਾਰ ਵੋਟਾਂ ਜਦੋਂ ਪੈਣ ਤੋਂ ਪਹਿਲਾਂ ਲੋਕ ਸਭਾ ਡਿਸੋਲਵ ਹੋ ਜਾਂਦੀ ਹੈ। ਆਪਾਂ ਨੂੰ ਪਤਾ ਵੀ ਲੋਕ ਸਭਾ ਜਦੋਂ ਟਰਮ ਪੂਰੀ ਹੁੰਦੀ ਹੈ ਡਿਸੋਲਵ ਹੋ ਜਾਂਦੀ ਹੈ, ਫਿਰ ਕੀ ਹੁੰਦਾ, ਫਿਰ ਵੋਟਾਂ ਪੈਂਦੀਆਂ ਨੇ। ਵੋਟਾਂ ਦਾ ਨਤੀਜਾ ਕਰਦੇ ਆਉਂਦੇ ਕਰਦੇ 1.5-2 ਮਹੀਨੇ ਲੱਗ ਜਾਂਦੇ ਨੇ, ਠੀਕ ਹੈ ਜੀ। ਹੁਣ ਜਦੋਂ ਲੋਕ ਸਭਾ ਡਿਸੋਲਵ ਹੁੰਦੀ ਹੈ ਤਾਂ ਲੋਕ ਸਭਾ ਦੇ ਡਿਸੋਲਵ ਹੋਣ ਤੋਂ ਲੈ ਕੇ ਜਿੰਨਾ ਚਿਰ ਨਵੀਂ ਸਰਕਾਰ ਨਹੀਂ ਬਣਦੀ ਉਹ ਟਾਈਮ ਫਰੇਮ ਦੇ ਵਿੱਚ ਜਿਹੜੀ ਮੌਜੂਦਾ ਸਰਕਾਰ ਹੁੰਦੀ ਹੈ ਉਹ ਐਜ਼ ਏ ਕੇਅਰ ਟੇਕਰ ਗੌਰਮੈਂਟ ਦੀ ਤਰ੍ਹਾਂ ਐਕਟ ਕਰਦੀ ਹੈ। ਤੇ ਹੁਣ ਫਰਜ਼ ਕਰੋ ਉਸ ਸਰਕਾਰ ਨੇ ਹੁਣ ਉਸ ਜਿਹੜਾ 2-3 ਮਹੀਨਿਆਂ ਦੇ ਜਿਹੜਾ ਵਿਚਾਲੇ ਟਾਈਮ ਪੀਰੀਅਡ ਹੈਗਾ ਉਸ ਟਾਈਮ ਪੀਰੀਅਡ ਦੇ ਵਿਚਾਲੇ ਆਪਦੇ ਮੁਲਾਜ਼ਮਾਂ ਨੂੰ ਤਨਖਾਹਾਂ ਦੇਣੀਆਂ ਨੇ, ਹੋਰ ਵੀ ਬਥੇਰੇ ਖਰਚੇ ਨੇਗੇ, ਐਕਸਪੈਂਡੀਚਰ ਹੈਗਾ, ਉਹ ਫਿਰ ਕਿਵੇਂ ਮੀਟ ਅਪ ਕਰੂਗਾ? ਉਹਦੇ ਵਾਸਤੇ ਫਿਰ ਸਰਕਾਰ ਵੋਟ ਔਨ ਅਕਾਊਂਟ ਪਾਸ ਕਰਦੀ ਹੈ। 116 ਆਰਟੀਕਲ ਦੇ ਵਿੱਚ ਇਹਦਾ ਜ਼ਿਕਰ ਕੀਤਾ ਹੈ ਤੇ ਸੰਵਿਧਾਨ ਦਾ ਆਰਟੀਕਲ 266 ਦੇ ਪ੍ਰੋਵੀਜ਼ਨ ਦੇ ਤਹਿਤ ਇਸ ਫੰਡ ਨੂੰ ਐਸਟੈਬਲਿਸ਼ ਕੀਤਾ ਗਿਆ ਸੀ। ਸੋ ਜਿਹੜੇ ਸਰਕਾਰ ਦੇ ਰੈਗੂਲਰ ਐਕਸਪੈਂਸਿਸ ਨੇ ਉਹਨਾਂ ਨੂੰ ਮੀਟ ਕਰਨ ਦੇ ਲਈ ਇਹ ਵੋਟ ਔਨ ਅਕਾਊਂਟ ਲਿਆਂਦਾ ਹੁੰਦਾ, ਇੱਕ ਟੈਂਪਰੇਰੀ ਮੈਜ਼ਰ ਹੈਗਾ, ਠੀਕ ਹੈ। ਇਹ ਆਮ ਤੌਰ ਤੇ ਇਹਦੇ ਉੱਪਰ ਡਿਸਕਸ਼ਨ ਵੀ ਨਹੀਂ ਜ਼ਿਆਦਾ ਹੁੰਦੀ ਤੇ ਇਹਨੂੰ ਪਾਰਲੀਮੈਂਟ ਦੀ ਅਪਰੂਵਲ ਦੀ ਲੋੜ ਨਹੀਂ ਹੁੰਦੀ, ਠੀਕ ਹੈ। 2 ਮਹੀਨਿਆਂ ਵਾਸਤੇ ਇਹ ਵੈਲਿਡ ਹੁੰਦਾ ਹੈਗਾ ਤੇ ਜਿੰਨਾ ਚਿਰ ਸਰਕਾਰ ਨਵੀਂ ਸਰਕਾਰ ਬਣਦੀ ਹੈ ਉਹ ਆਪਦਾ ਫੁੱਲ ਫਲੈਜ ਬਜਟ ਲਿਆਉਂਦੀ ਹੈ ਤੇ ਉਸ ਤੋਂ ਪਹਿਲਾਂ ਜਿਹੜਾ ਟਾਈਮ ਫਰੇਮ ਤੁਹਾਨੂੰ ਮੈਂ ਪਿੱਛੇ ਦੱਸਿਆ ਸੀਗਾ ਉਸ ਟਾਈਮ ਫਰੇਮ ਦੇ ਵਿਚਾਲੇ ਜਿਹੜਾ ਵੀ ਸਰਕਾਰ ਨੇ ਆਪਦੇ ਮੁਲਾਜ਼ਮਾਂ ਨੂੰ ਤਨਖਾਹਾਂ ਦੇਣੀਆਂ ਨੇ, ਕੋਈ ਵੀ ਖਰਚੇ ਕਰਨੇ ਨੇ, ਉਹਦੇ ਵਾਸਤੇ ਫਿਰ ਇਹ ਵੋਟ ਔਨ ਅਕਾਊਂਟ ਦੇ ਰੂਪ ਦੇ ਵਿੱਚ ਪੈਸਾ ਕਢਾਇਆ ਜਾਂਦਾ ਹੈਗਾ, ਠੀਕ ਹੈ। ਸੋ ਸਮਝ ਗਏ ਜੀ। ਸੋ ਜਿਹੜੀ ਵੋਟ ਔਨ ਅਕਾਊਂਟ ਮਨੀ, ਇੱਕ ਗੱਲ ਇਹਨੂੰ ਲੈ ਕੇ ਯਾਦ ਰੱਖਿਓ, ਇਹ ਜਿਹੜਾ ਪੈਸਾ ਹੁੰਦਾ ਹੈ ਕੋਈ ਵੀ ਸਰਕਾਰ ਨੇ ਨਵਾਂ ਪ੍ਰੋਜੈਕਟ ਸ਼ੁਰੂ ਕਰਨਾ ਹੋਵੇ ਜਾਂ ਨਵੀਂ ਕੋਈ ਸਰਵਿਸ ਲਾਂਚ ਕਰਨੀ ਹੋਵੇ, ਨਵੀਂ ਗਵਰਨਮੈਂਟ ਸਕੀਮ ਲਿਆਉਣੀ ਹੋਵੇ, ਉਹਦੇ ਵਾਸਤੇ ਪੈਸਾ ਨਹੀਂ ਵਰਤਿਆ ਜਾਂਦਾ ਤੇ ਇਸ ਪੈਸੇ ਦੇ ਵਿੱਚ ਕੋਈ ਵੀ ਸਿੱਧਾ ਡਾਇਰੈਕਟ ਟੈਕਸ ਜਿਹੜਾ ਪ੍ਰਪੋਜ਼ਲ ਹੁੰਦਾ ਹੈਗਾ ਡਾਇਰੈਕਟ ਟੈਕਸ ਦਾ ਉਹ ਨਹੀਂ ਹੁੰਦਾ, ਠੀਕ ਹੈ। ਹੁਣ ਡਿਫਰੈਂਸ ਪੜ੍ਹ ਲੈਣੇ ਆਪਾਂ, ਫੁੱਲ ਬਜਟ ਜਿਹੜਾ ਹੁੰਦਾ ਜੀ ਤੇ ਵੋਟ ਔਨ ਅਕਾਊਂਟ, ਇਹਨਾਂ ਦੇ ਵਿਚਾਲੇ ਫਰਕ ਕੀ ਹੁੰਦਾ? ਤਾਂ ਦੇਖੋ ਫੁੱਲ ਬਜਟ ਦਾ ਜ਼ਿਕਰ ਆਰਟੀਕਲ 112 ਦੇ ਵਿੱਚ ਹੈ, ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ ਇਹਨੂੰ ਕਹਿੰਦੇ ਨੇ। ਵੋਟ ਔਨ ਅਕਾਊਂਟ ਦਾ ਜ਼ਿਕਰ ਆਰਟੀਕਲ 116 ਦੇ ਵਿੱਚ ਹੈ। ਦੂਸਰੀ ਗੱਲ, ਬਜਟ ਤਾਂ ਦੇਖੋ ਦੋਵੇਂ ਚੀਜ਼ਾਂ ਦਾ ਡੀਲ ਕਰਦਾ ਹੈ, ਰੈਵਿਨਿਊ ਨਾਲ ਵੀ ਤੇ ਐਕਸਪੈਂਡੀਚਰ ਨਾਲ ਵੀ, ਯਾਨੀ ਕਿ ਸਰਕਾਰ ਜਿਹੜੀ ਆਮਦਨ ਹੁੰਦੀ ਹੈ ਉਹਦੇ ਵੀ ਜ਼ਿਕਰ ਹੁੰਦਾ ਬਜਟ ਦੇ ਵਿੱਚ ਤੇ ਸਰਕਾਰ ਦਾ ਖਰਚਾ ਉਹਦਾ ਵੀ ਜ਼ਿਕਰ ਹੁੰਦਾ ਹੈ। ਬਟ ਜਿਹੜਾ ਵੋਟ ਔਨ ਅਕਾਊਂਟ ਹੁੰਦਾ ਇਹ ਸਿਰਫ ਤੇ ਸਿਰਫ ਐਕਸਪੈਂਡੀਚਰ ਦੇ ਨਾਲ ਡੀਲ ਕਰਦਾ, ਯਾਨੀ ਕਿ ਉਹ 1.5-2 ਮਹੀਨੇ ਦਾ ਟਾਈਮ ਪੀਰੀਅਡ ਹੁੰਦਾ ਹੈਗਾ ਜਦੋਂ ਲੋਕ ਸਭਾ ਡਿਸੋਲਵ ਹੋਵੇ ਤੇ ਨਵੀਂ ਲੋਕ ਸਭਾ ਚੁਣੀ ਹੋ ਜਾਵੇ, ਉਹਦੇ ਵਿੱਚ ਉਹ ਵਿਚਾਲੇ ਜਿਹੜਾ ਟਾਈਮ ਫਰੇਮ ਹੁੰਦਾ ਉਹਦੇ ਵਿਚਾਲੇ ਸਰਕਾਰ ਨੇ ਜਿਹੜੇ ਆਪਦੇ ਖਰਚੇ ਕਰਨੇ ਨੇਗੇ, ਠੀਕ ਹੈ, ਜਿਹੜੇ ਆਪਦਾ ਸਾਹਮਣੇ ਹੈਗੇ ਮੁਲਾਜ਼ਮਾਂ ਨੂੰ ਤਨਖਾਹ ਦੇਣੇ ਨੇ, ਹੋਰ ਵੀ ਕੁਝ, ਠੀਕ ਹੈ, ਤਾਂ ਕੋਈ ਵੀ ਕਿਸੇ ਦੀ ਪੈਨਸ਼ਨ ਵਗੈਰਾ ਦੇਣੀ ਹੈ, ਕੁਝ ਵੀ ਹੈਗਾ, ਉਹ ਖਰਚੇ ਸੰਬੰਧ ਲਈ, ਉਸ ਐਕਸਪੈਂਡੀਚਰ ਸੰਬੰਧ ਲਈ ਇਹ ਵੋਟ ਔਨ ਅਕਾਊਂਟ ਕਢਾਇਆ ਜਾਂਦਾ ਹੈ। ਤੇ ਬਜਟ ਤਾਂ ਇੱਕ ਪੂਰੇ ਸਾਲ ਵਾਸਤੇ ਵੈਲਿਡ ਰਹਿੰਦਾ, ਅਗਲੇ ਸਾਲ ਨਵਾਂ ਬਜਟ ਆਉਂਦਾ, ਤੇ ਵੇਅਰ ਐਜ਼ ਵੋਟ ਔਨ ਅਕਾਊਂਟ ਇਹ 2 ਮਹੀਨਿਆਂ ਵਾਸਤੇ ਵੈਲਿਡ ਹੁੰਦਾ ਹੈਗਾ। ਫਿਰ ਹੈਗਾ ਜੀ ਇੰਟਰਿਮ ਬਜਟ, ਇਹ ਕੀ ਚੀਜ਼ ਹੁੰਦੀ ਹੈ? ਤਾਂ ਦੇਖੋ ਇਹ ਵੀ ਆਖਰੀ ਸਾਲ ਲਿਆਂਦਾ ਜਾਂਦਾ ਹੈ। ਇੰਟਰਿਮ ਬਜਟ ਆਮ ਬਜਟ ਵਰਗਾ ਹੀ ਹੁੰਦਾ, ਸੁਣੋ ਧਿਆਨ ਦੇ ਨਾਲ, ਇੰਟਰਿਮ ਬਜਟ ਤੇ ਆਮ ਬਜਟ ਦੇ ਵਿੱਚ ਕੋਈ ਖਾਸ ਫਰਕ ਨਹੀਂ ਹੁੰਦਾ। ਫਰਕ ਕਿੱਥੇ ਹੁੰਦਾ ਇਹ ਸਮਝੋ, ਸਰਕਾਰ ਆਪਦੇ ਆਖਰੀ ਸਾਲ ਦੇ ਵਿੱਚ ਹੈ, ਯਾਨੀ ਕਿ 5ਵੇਂ ਸਾਲ ਦੇ ਵਿੱਚ, ਬੀਜੇਪੀ ਆਪਣੇ 5ਵੇਂ ਸਾਲ ਦੇ ਵਿੱਚ ਆਪਾਂ ਐਗਜ਼ਾਮਪਲ ਦੇ ਤੌਰ ਤੇ ਮੰਨ ਕੇ ਚੱਲ ਰਿਹਾ, ਤੇ ਫਿਰ ਕੀ ਭਾਈ, ਹੁਣ ਬੀਜੇਪੀ ਲਾਸਟ ਸਾਲ, ਇਸ ਵਾਰ ਬੀਜੇਪੀ ਫਰਜ਼ ਕਰੋ ਕਨਫਿਊਜ਼ ਹੈਗੀ ਵੀ ਯਾਰ ਸਾਨੂੰ ਉਮੀਦ ਘੱਟ ਹੈ ਵੀ ਅਗਲੇ ਸਾਲ ਸਾਡੀ ਸਰਕਾਰ ਆਉਣੀ ਨਹੀਂ ਗੀ, ਸੋ ਆਪਾਂ ਫਿਰ ਐਤਕੀ ਜਿਹੜਾ ਫੁੱਲ ਫਲੈਜ ਬਜਟ ਹੈ ਉਹ ਪੇਸ਼ ਨਾ ਕਰੀਏ, ਆਪਾਂ ਇੰਟਰੀਮ ਬਜਟ ਲੈ ਆਉਣਾ। ਇੰਟਰੀਮ ਬਜਟ ਦਾ ਮਤਲਬ ਇਹ ਹੁੰਦਾ ਹੈਗਾ ਵੀ ਸਰਕਾਰ ਕੋਈ ਖਾਸ ਨਵੀਆਂ ਸਕੀਮਾਂ ਲਾਂਚ ਨਾ ਕਰੇ, ਬਾਕੀ ਸਾਰਾ ਕੁਝ ਇਹਦੇ ਵਿੱਚ ਬਜਟ ਦੀ ਤਰ੍ਹਾਂ ਹੀ ਹੁੰਦਾ, ਜਿਵੇਂ ਕਿ ਆਮ ਬਜਟ ਪੇਸ਼ ਕੀਤਾ ਹੁੰਦਾ ਉਹਨੂੰ ਉਵੇਂ ਹੀ ਇੰਟਰੀਮ ਬਜਟ ਦੇ ਵਿੱਚ ਹੁੰਦਾ। ਬਟ ਇਹਦੇ ਵਿੱਚ ਫਰਕ ਇਹ ਹੁੰਦਾ, ਇੰਟਰੀਮ ਬਜਟ ਦੇ ਵਿੱਚ ਜਿਹੜੀ ਸਰਕਾਰ ਹੁੰਦੀ ਹੈ ਨਾ ਉਹ ਬਹੁਤੀਆਂ ਜ਼ਿਆਦਾ ਗੌਰਮੈਂਟ ਸਕੀਮਾਂ ਲਾਂਚ ਨਹੀਂ ਕਰਦੀ, ਕਿਉਂਕਿ ਜਦੋਂ
ठीक है, फुल फ्लड बजट पास कर दें तो होगा कि जो कांग्रेस की सरकार बन गई, कांग्रेस की सरकार को बीजेपी का बजट पसंद ना आया वह तो उन्होंने रद्द कर सकते, उन्होंने पूरा अधिकार है भी आपका वो खुद का बजट लिया सकते हैं। सो बीजेपी वाले कहेंगे भी कि मत्था खपाई करूंगा, ठीक है, इंटरिम बजट लियाओ उन्नी की चीज मतलब ये रखो जिनी अपन लोड़ है, बाकी जो कोई फर्ज करो नवी सरकार आ गई वो आपका फुल फ्लैज बजट लिया सकते। सो इस चीज़ को इंटरिम बजट कहा जाता है। फिर अगे आ गया जी कट मोशन पार्लीमेंट के, कट मोशन थोड़ा मैं पिछले दस ही चुका, ठीक है, कोई भी डिमांड ऑफ ग्रांट जो की जाती है वो जो किसी मैंबर ऑफ पार्लीमेंट को इतराज हो उपर, ठीक है, तो वह कट मोशन के थ्रू उस डिमांड को घटावता कह सकता सरकार को भी ये चीज़ मैंने उपर इतराज है, ठीक है। सो इस कट मोशन ऑफ पार्लीमेंट बारे आप कुछ गल् पढ़ते हैं, फिर थोड़ा मैं टाइप्स ऑफ कट मोशन पढ़ाऊंगा। कहते आफ्टर द बजट इज प्रजेंटड इन द पार्लीमेंट एंड डिस्कशन ओवर इज इट इज कंप्लीटेड, जो पार्लीमेंट के बजट प्रजेंट किया जाता है तो वो जो डिस्कशन कर देती है वो खत्म होती है, तो उस तो बाद जो मैंबर होंगे ने मैंबर ऑफ पार्लीमेंट, ठीक है, ज्यादातर ओपोजिशन के, उन्होंने एक ओपरचुनिटी मिल जाती है भी वो कट मोशन मूव कर सकते हैं किसी चीज जी डिमांड ऑफ ग्रांट होंगी वो अमाउंट को घटाने के लिए। इन समझते हैं भी की सिस्टम होंगे तो बेसिकली अगे की होंगे द मैंबर जनरली गिव नोटिस ऑफ टू द कट मोशन फॉर द रिडक्शन ऑफ वोटेबल हैड्स ऑफ द एक्सपेंडिचर ऑफ द डिमांड फॉर ग्रांट इमीडिएटली आफ्टर द फाइनेंस मिनिस्टर हैज प्रेजेंटेड द बजट इन द हाउस, जो फाइनेंस मिनिस्टर बजट प्रेजेंट कर देती है अपनी डिमांड ऑफ ग्रांट सारा कुछ दस देंगे लोग तो उदो मैंबर ऑफ पार्लीमेंट फिर कट मोशन लिया सकते हैं। एक तीन तरह होंगे किड़े किड़े, एक तरह का पॉलिसी कट, दूसरा का इकोनमी कट, तीसरा का जी टोकन कट। समझते हैं पहला पॉलिसी कट की होंगे, बेसिकली पॉलिसी कट का मतलब होंगे जी जो सरकार की कोई नवी पॉलिसी है, ठीक है, जी किसी पर्टिकुलर स्कीम वास्ते कोई डिमांड ऑफ ग्रांट पैसे की सैंक्शन की होर पूरी तरह टोटली इतराज हो, ठीक है, टोटली डिसअप्रूवल हो संसद की, तो वह पॉलिसी कट इंट्रोड्यूस कर सकता है। तो जब मतलब पंजाबी जो किसी पॉलिसी तो ही इतराज होदो पॉलिसी कट लिया जा सकता है। फिर दूसरे नंबर आ गया जी इकोनमी कट, इकोनमी कट तो बेसिकली जो पॉलिसी उपर लगे पैसे के उपर इतराज हो, यानी कि कोई सरकार की पॉलिसी है वो पॉलिसी के उपर किसी संसद में लगे भी भाई ये पैसा तुम ज्यादा दे रहे हो इस स्कीम वास्ते इनू घट करो, या किसी स्कीम वास्ते सरकार कोई पैसा घट ला रही हो उदो इकोनमी कट लैके किसी संसद द्वारा यह किया सकता भी भाई ये उपर तुम पैसा घट ला रहे हो पैसा थोड़ा जहा वध लो, तो उदो क्या जा सकता इकोनमी कट ये मोशन लियांदा जा सकता। तीसरा आ गया जी टोकन कट, टोकन कट का मतलब होंगे जी सीधी तरह कह लो शिकायत करनी, ठीक है, कोई पर्टिकुलर पॉलिसी का कोई पर्टिकुलर क्लॉज हैगा वो उपर किसी संसद में शिकायत हो टोकन कट के थ्रू वह शिकायत आपकी कर सकता है, ठीक है। सो य तीन तरह के यानी कि पॉलिसी का कोई पर्टिकुलर क्लॉज है वो तो इतराज होदो टोकन कट मोशन लिया जा सकता है। तो हूँ इन्हों के इंप्लीकेशन की होंगी है, तो देखो ज़्यादातर जो कट मोशन होंगे ने यह डिफीट हो जाते हैं क्योंकि इन्होंने जो पास होना होंगे ना ये वास्ते इन्हों स्ट्रेंथ चाहिए मेजोरिटी चाहिए हैगी, ठीक है, बट ज़्यादातर कोई खास ये कट मोशन पास नहीं होंगे। बेसिकली सिर्फ गवर्नमेंट जी सरकार होंगी है वो स्ट्रेंथ टैसट करने के लिए यह टूल वरत जाता है। तो इंपोर्टेंट गल यह है कि जो एक बार यह कट मोशन फर्ज करो अडोप्ट हो जाए, यानी कि मेजोरिटी ऑफ मैंबर ने जो उस हाउस के वह किसी पॉलिसी के उपर इतराज हो कट मोशन पास हो जाए तो यदा मतलब यह हैगा भी वह सरकार पॉलिसी ही नहीं पास करा सकी, उस सरकार को रिजाइन देना पेगा, यानी कि नो कॉन्फिडेंस मोशन सरकार के खिलाफ पेश हो जाएगा। सो बहुत इंपोर्टेंट होंगे ने कट मोशन जो ये पास हो जाए तो यह इन्ने इंपोर्टेंट ने तो कहदे वास्ते इंपोर्टेंट ने ताकि जी कंस्ट्रक्टिव डिस्कशन है किसी भी सरकार की पॉलिसी उपर किसी भी डिमांड ऑफ ग्रांट के उपर वो की जा सके ताकि जी डेमोक्रेसी के अपने बेसिक प्रिंसीपल ने वह मेनटेन रह सकन। लास्ट के आप डिस्कस करते हैं जी फंड्स बारे, तीन तरह के फंड्स बारे आप गल करनी है, कंसोलीडेटेड फंड ऑफ इंडिया, फिर दूसरे नंबर के पब्लिक फंड ऑफ इंडिया, तीसरे नंबर आ गया जी कंटिजेंसी फंड ऑफ इंडिया। इन्हों के आर्टिकल याद रखियो, कंसोलीडेटेड फंड से पब्लिक अकाउंट फंड का जिक्र संविधान के आर्टिकल 266 है, कॉन्टीजेंसी फंड का जिक्र संविधान के आर्टिकल 267 है। सब तो पहला गल करते हैं आप कंसोलीडेटेड फंड ऑफ इंडिया की। तो देखो सरकार जिन्हें भी सारी रिसिप्ट पेमेंट सरकार क्रेडिट होंगी है टैक्स के थ्रू लोन के थ्रू वो सारा पैसा जो सरकार जाता है वह कंसोलीडेटेड फंड ऑफ इंडिया ये जाता है। तो इस खाते जो पैसा कढ़ा सरकार ने तो पार्लीमेंट की अपरूवल चाहिए, आप पिछले पढ़ चुके हैं कि यह कंसोलीडेटेड फंड ऑफ इंडिया होंगे। दूसरा आ गया पब्लिक अकाउंट फंड ऑफ इंडिया, ये जी मनी कंसोलीडेटेड फंड के क्रेडिट होंगी है वह तो इलावा जी बाकी पब्लिक मनी है वह इस खाते जाती है सरकार को सीधी या सरकार के बिहाफ के उपर उन्होंने क्रेडिट हुई होगी। ज़्यादातर
ਜਿਹੜੇ ਪ੍ਰੋਵੀਡੈਂਟ ਫੰਡ ਡਿਪੋਜ਼ਿਟ ਹੁੰਦੇ ਨੇ, ਡਿਪਾਰਟਮੈਂਟਲ ਡਿਪੋਜ਼ਿਟ ਹੁੰਦੇ ਨੇ, ਰਿਮਿਟੈਂਸ ਦੀ ਮਨੀ ਹੁੰਦੀ ਹੈ, ਉਹ ਇਸ ਪੈਸੇ ਇਸ ਫੰਡ ਦੇ ਵਿੱਚ ਆਉਂਦੀ ਹੈ। ਫੋਰ ਐਗਜ਼ਾਮਪਲ, ਤੁਸੀਂ ਕਈ ਮਾਸਟਰ ਇਸ ਵੀਡੀਓ ਨੂੰ ਸੁਣ ਰਹੇ ਹੋ, ਉਹਨਾਂ ਨੂੰ ਅਕਸਰ ਕੀ ਦੇਖਣ ਨੂੰ ਮਿਲਦਾ ਹੈ, ਜੇ ਤਾਂ ਜਿਨ੍ਹਾਂ ਦੀ ਤਨਖਾਹ ਆਪਾਂ ਇਹਦੇ ਕੋਲ ਇੱਕ ਗੱਲ ਸੁਣਦੇ ਆਪਾਂ, ਜਿਹੜੇ ਆਪਣੇ ਫੌਜੀ ਭਾਈ ਨੇ ਉਹਨਾਂ ਦੀ ਤਨਖਾਹ ਸਿੱਧੀ ਕੰਸੋਲੀਡੇਟਡ ਫੰਡ ਆਫ ਇੰਡੀਆ ਵਿੱਚੋਂ ਜਾਂਦੀ ਹੈ, ਉਹਨਾਂ ਦੀ ਤਨਖਾਹ ਤਾਂ ਪਹਿਲੀ ਤਰੀਕ ਨੂੰ ਪੈ ਜਾਂਦੀ ਹੈ, ਯਾਨੀ ਕਿ 31 ਤਰੀਕ ਇੱਕ ਮਹੀਨੇ ਦੀ ਲਾਸਟ ਤਰੀਕ ਦੇ ਰਾਤ 12 ਵਜੇ ਨੂੰ ਉਹਨਾਂ ਦੀ ਤਨਖਾਹ ਪੈ ਜਾਂਦੀ ਹੈ। ਵੇਅਰ ਹੈ ਜਿਹੜੇ ਪੰਜਾਬ ਸਰਕਾਰ ਦੇ, ਫੋਰ ਐਗਜ਼ਾਮਪਲ ਆਪਾਂ ਐਗਜ਼ਾਮਪਲ ਦੇ ਤੌਰ ਤੇ ਗੱਲ ਕਰ ਰਹੇ ਹਾਂ, ਕੋਈ ਡਿਪਾਰਟਮੈਂਟ ਹੈਗਾ ਸਰਕਾਰ ਦਾ, ਉਹਦੇ ਜਿਹੜੇ ਮੁਲਾਜ਼ਮਾਂ ਨੇ, ਮੁਲਾਜ਼ਮ ਜਿਵੇਂ ਕਿ ਤੁਸੀਂ ਟੀਚਰ ਹੋ, ਤੁਹਾਡੀ ਤਨਖਾਹ ਹੈਗੀ ਕਈ ਵਾਰ ਉਹ 8-10 ਦਿਨ ਲੇਟ ਹੋ ਜਾਂਦੀ ਹੈ। ਉਹ ਕਾਹਤੋਂ ਹੁੰਦੀ ਹੈ, ਕਿਉਂਕਿ ਤੁਹਾਡੀ ਤਨਖਾਹ ਪਹਿਲਾਂ ਪਬਲਿਕ ਅਕਾਊਂਟ ਫੰਡ ਦੇ ਵਿੱਚੋਂ ਡਿਪਾਰਟਮੈਂਟ ਨੇ, ਜਿਹੜੇ ਤੁਹਾਡੇ ਕੰਸਰਨ ਡਿਪਾਰਟਮੈਂਟ, ਉਹਨਾਂ ਨੂੰ ਭੇਜੀ ਜਾਂਦੀ ਹੈ, ਫਿਰ ਡਿਪਾਰਟਮੈਂਟ ਅੱਗੇ ਤੁਹਾਨੂੰ ਇਹ ਤਨਖਾਹ ਦਿੰਦੇ ਨੇ। ਸੋ ਆਪਣੀ ਜਿਹੜੀ ਤਨਖਾਹ ਹੁੰਦੀ ਹੈ ਜ਼ਿਆਦਾਤਰ ਮੁਲਾਜ਼ਮਾਂ ਦੀ, ਉਹ ਇਸ ਪਬਲਿਕ ਅਕਾਊਂਟ ਫੰਡ ਦੇ ਵਿੱਚ ਆਉਂਦੀ ਹੈਗੀ। ਤੇ ਕੰਸਟੀਟਿਊਸ਼ਨ ਪੋਸਟਾਂ ਨੇ ਜ਼ਿਆਦਾਤਰ ਜਿਹੜੀਆਂ ਉਹਨਾਂ ਦੀ ਤਨਖਾਹ ਕੰਸੋਲੀਡੇਟਡ ਫੰਡ ਆਫ ਇੰਡੀਆ ਦੇ ਵਿੱਚ ਆਉਂਦੇ ਨੇ। ਤੇ ਇੰਪੋਰਟੈਂਟ ਗੱਲ ਇਹ ਹੈ, ਜਿਹੜਾ ਪਬਲਿਕ ਅਕਾਊਂਟ ਫੰਡ ਹੈ, ਇਹ ਐਗਜ਼ੀਕਿਊਟਿਵ ਐਕਸ਼ਨ ਦੇ ਥਰੂ ਪਰੇਡ ਕੀਤਾ ਜਾਂਦਾ, ਯਾਨੀ ਕਿ ਇਹਦੇ ਵਿੱਚੋਂ ਕੋਈ ਵੀ ਪੇਮੈਂਟ ਕਰਨੀ ਹੈ ਤਾਂ ਉਹਦੇ ਵਾਸਤੇ ਪਾਰਲੀਮੈਂਟ ਦੀ ਅਪਰੂਵਲ ਲੈਣ ਦੀ ਲੋੜ ਨਹੀਂ। ਤੀਸਰਾ ਹੈਗਾ ਜੀ ਕੰਟੀਜੈਂਸੀ ਫੰਡ ਆਫ ਇੰਡੀਆ। ਇਹ ਬੇਸਿਕਲੀ ਸੰਵਿਧਾਨ ਨੇ ਪਾਰਲੀਮੈਂਟ ਨੂੰ ਪਾਵਰ ਦਿੱਤੀ ਹੈ ਵੀ ਕੰਟੀਜੈਂਸੀ ਫੰਡ ਆਫ ਇੰਡੀਆ ਉਹ ਸਟੈਬਲਿਸ਼ ਕਰ ਸਕਦੇ ਨੇ ਬਾਈ ਮੇਕਿੰਗ ਏ ਲਾਅ। ਸੋ ਪਾਰਲੀਮੈਂਟ ਲਾਅ ਲੈ ਕੇ ਹੀ ਕੰਟੀਜੈਂਸੀ ਫੰਡ ਆਫ ਇੰਡੀਆ ਐਕਟ 1950 ਦੇ ਵਿੱਚ ਇਹ ਪਾਸ ਕਰਾਇਆ। ਇਹਦੀਆਂ ਚਾਬੀਆਂ ਹੁੰਦੇ ਨੇ ਜੀ ਦੇਸ਼ ਦੇ ਰਾਸ਼ਟਰਪਤੀ ਕੋਲ, ਤੇ ਰਾਸ਼ਟਰਪਤੀ ਦੇ ਨਾਂ ਤੇ ਇਹ ਪੈਸਾ ਕਢਵਾਇਆ ਜਾਂਦਾ ਇਸ ਖਾਤੇ ਦੇ ਵਿੱਚੋਂ। ਬੇਸਿਕਲੀ ਕੋਈ ਵੀ ਅਰਜੈਂਟ ਅਨਫੋਰਸੀਨ ਐਕਸਪੈਂਡੀਚਰ, ਮੌਕੇ ਤੇ ਕੋਈ ਐਮਰਜੈਂਸੀ ਸਿਚੁਏਸ਼ਨ ਆ ਗਈ, ਅਨਫੋਰਸੀਨ ਐਕਸਪੈਂਡੀਚਰ ਲਾਉਣਾ ਪੈ ਜਾਵੇ ਕਿਤੇ, ਤਾਂ ਉਦੋਂ ਇਸ ਕੰਟੀਜੈਂਸੀ ਫੰਡ ਆਫ ਇੰਡੀਆ ਦੇ ਵਿੱਚੋਂ ਪੈਸੇ ਕਢਾਏ ਜਾ ਸਕਦੇ ਨੇ। ਤੇ ਇਸ ਫੰਡ ਨੂੰ ਸਾਂਭਦਾ ਜੀ ਫਾਈਨਾਂਸ ਸੈਕਟਰੀ ਅਫਸਰ ਹੁੰਦਾ IAS, ਠੀਕ ਹੈ। ਰਾਸ਼ਟਰਪਤੀ ਦੇ ਬਿਹਾਰ ਦੇ ਉੱਪਰ ਇਸ ਫੰਡ ਦੀ ਰੱਖਿਆ ਕਰਦਾ ਇਹ ਫਾਈਨਾਂਸ ਸੈਕਟਰੀ, ਤੇ ਇਹ ਵੀ ਐਗਜ਼ੀਕਿਊਟਿਵ ਐਕਸ਼ਨ ਦੇ ਥਰੂ ਅਪਰੂਵ ਮਤਲਬ ਆਪਰੇਟ ਹੁੰਦਾ ਹੈ। ਕੋਈ ਵੀ ਪਾਰਲੀਮੈਂਟਰੀ ਅਪਰੂਵਲ ਦੀ ਲੋੜ ਨਹੀਂ ਜੇ ਇਸ ਖਾਤੇ ਵਿੱਚੋਂ ਪੈਸਾ ਕਢਾਉਣਾ। ਤੇ ਇਹਦੀ ਲਿਮਿਟ ਹੁਣ ਵਧਾ ਕੇ ਪਹਿਲਾਂ 50 ਕਰੋੜ ਸੀ, ਹੁਣ 500 ਕਰੋੜ ਕਰਤੀ, ਯਾਨੀ 500 ਕਰੋੜ ਤੱਕ ਰੁਪਇਆ ਇਸ ਖਾਤੇ ਦੇ ਵਿੱਚ ਜਮ੍ਹਾਂ ਕਰਵਾਇਆ ਜਾ ਸਕਦਾ। ਸੋ ਇਹ ਸੀ ਆਪਣਾ ਅੱਜ ਦਾ ਪਾਰਲੀਮੈਂਟ ਦਾ ਟੌਪਿਕ। ਅੱਜ ਇਹ ਟੌਪਿਕ ਕੰਪਲੀਟਲੀ ਖਤਮ ਹੋ ਚੁੱਕਿਆ ਜੀ। ਇੱਕ ਲੈਕਚਰ ਰਹਿ ਗਿਆ ਪਾਰਲੀਮੈਂਟਰੀ ਕਮੇਟੀ ਵਾਲਾ, ਉਹ ਵੀਡੀਓ ਮੈਂ ਆਲਰੇਡੀ ਬਣਾ ਚੁੱਕਿਆ, ਤੁਹਾਨੂੰ ਅੱਜ ਸ਼ਾਮ ਤੱਕ ਉਹ ਵੀਡੀਓ ਪੋਲਿਟੀ ਦੀ ਪਲੇਲਿਸਟ ਦੇ ਵਿੱਚ ਐਡ ਮਿਲ ਜੂਗੀ, ਠੀਕ ਹੈ। ਸੋ ਇੱਕ ਅੱਧਾ ਜੇ ਕੋਈ ਹੋਰ ਲੈਕਚਰ ਹੈਗਾ ਉਹ ਮੈਂ ਦੇਖ ਲੂੰਗਾ, ਤੁਹਾਨੂੰ ਕਵਰ ਕਰਵਾ ਦੂੰਗਾ, ਫਿਰ ਆਪਾਂ ਅਗਲੇ ਲੈਕਚਰ ਤੋਂ ਸਟੇਟ ਲੈਜਿਸਲੇਚਰ ਵਾਲਾ ਜਿਹੜਾ ਟੌਪਿਕ ਹੈ ਉਹਨੂੰ ਸ਼ੁਰੂ ਕਰਦੇ ਹਾਂ। ਧੰਨਵਾਦ।